ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਸ ਪੰਜਾਬੀ ਦੇਖਦੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਹਾਂ ਆਸ਼ਮਿਤਾ ਐਂਡ ਅੱਜ ਆਪਾਂ ਲੈ ਕੇ ਆਏ ਹਾਂ ਤੁਹਾਡੇ ਲਈ ਇੱਕ ਹੋਰ ਐਪੀਸੋਡ ਵਿੱਚ ਦੁਨੀਆ ਸੇਵ ਕਮਾਈਏ ਦਾ। ਮੇਰੇ ਨਾਲ ਅੱਜ ਇੱਕ ਬਹੁਤ ਹੀ ਖੂਬਸੂਰਤ ਅਤੇ ਪਿਆਰ ਭਰੀ ਫੈਮਲੀ ਬੈਠੀ ਹੈ। ਆਪਾਂ ਲਾਸ ਵੇਗਸ ਪਹੁੰਚੇ ਹਾਂ, ਮਿਲਦੇ ਹਾਂ ਭਾਟੀ ਪਰਿਵਾਰ ਨੂੰ। ਮੇਰੇ ਨਾਲ ਭੁਪਿੰਦਰ ਸਿੰਘ ਭਾਟੀ ਜੀ, ਉਹਨਾਂ ਦੀ ਮਿਸਿਜ ਕਮਲ ਜੀ ਅਤੇ ਉਹਨਾਂ ਦੇ ਬ੍ਰਦਰ ਪ੍ਰਿਤਪਾਲ ਸਿੰਘ ਭਾਟੀ ਅਤੇ ਉਹਨਾਂ ਦੀ ਮਿਸਿਜ ਰਮਨ ਜੀ, ਪਹਿਲੇ ਤੋਂ ਥੈਂਕ ਯੂ ਤੁਹਾਡਾ ਸਾਰਿਆਂ ਦਾ। ਤੁਹਾਡਾ ਬਹੁਤ ਧੰਨਵਾਦ ਜਸ ਪੰਜਾਬੀ ਦਾ, ਬਹੁਤ ਬਹੁਤ ਧੰਨਵਾਦ। ਬਹੁਤ ਦੇਰ ਤੋਂ ਤੁਸੀਂ ਉਪਰਾਲਾ ਕਰ ਰਹੇ ਹੋ ਅਤੇ ਅਕਾਲ ਅਕੈਡਮੀ ਦੇ ਸਹਿਯੋਗ ਦੇਣ ਲਈ। ਸਾਨੂੰ ਵੈਸੇ ਵੀ ਜਸ ਪੰਜਾਬੀ ਤੋਂ ਬਹੁਤ ਮਾਣ, ਸਾਨੂੰ ਬਹੁਤ ਮਾਣ ਹੈ ਕਿ ਮਾਂ ਬੋਲੀ ਦੀ ਛੜਦੀ ਕਲਾ ਵਾਸਤੇ ਇਹਨਾਂ ਦੇ ਬੜੇ ਵੱਡੇ ਉਪਰਾਲੇ ਨੇ। ਇਹ ਸਾਡਾ ਬੜਾ ਹੀ ਇਹ ਜਿਹੜਾ ਚੈਨਲ ਹੈ ਅਸੀਂ ਹਰ ਰੋਜ਼ ਤਕਰੀਬਨ ਦੇਖਦੇ ਹਾਂ ਅਤੇ ਅੱਜ ਦਾ ਮੁੱਦਾ ਸਾਨੂੰ ਖਾਸ ਕਰਕੇ ਬਹੁਤ ਵਧੀਆ ਪ੍ਰੋਗਰਾਮ ਲੱਗਦਾ। ਥੈਂਕ ਯੂ ਸੋ ਮੱਚ ਭੁਪਿੰਦਰ ਜੀ, ਤੁਸੀਂ ਇੰਨੀ ਵਧੀਆ ਚੀਜ਼ ਸਾਨੂੰ ਕੰਪਲੀਮੈਂਟ ਦਿੱਤਾ, ਵੀ ਅਪਰੀਸ਼ੀਏਟ। ਤੁਸੀਂ ਇੱਦਾਂ ਹੀ ਸਾਡੇ ਨਾਲ ਜੁੜੇ ਰਹੋ। ਅੱਜ ਆਪਾਂ ਇੱਥੇ ਆਏ ਹਾਂ ਗੱਲ ਕਰਨ ਲਈ ਕਿ ਉੱਦਾਂ ਤਾਂ ਇੰਡੀਆ ਵਿੱਚ, ਦੁਨੀਆ ਵਿੱਚ ਕਹਿ ਲਓ ਜਾਂ ਪੰਜਾਬ 'ਚ ਵੀ ਕਹਿ ਲਓ, ਕਿੰਨੀ ਸੰਸਥਾਵਾਂ ਹੈਗੀਆਂ ਜੋ ਵਧੀਆ ਕੰਮ ਕਰ ਰਹੇ ਆ, ਰਾਈਟ। ਲੇਕਿਨ ਇੱਕ ਇੱਦਾਂ ਦੀ ਸੰਸਥਾ ਹੈ ਬੜੂ ਸਾਹਿਬ ਜੋ ਇੱਕ ਵੱਖਰੇ ਲੈਵਲ 'ਤੇ ਗਿਵ ਬੈਕ ਕਰ ਰਹੀ ਹੈ ਪੰਜਾਬ ਨੂੰ ਅਤੇ ਪੰਜਾਬ ਦੀ ਪ੍ਰੋਗਰੈਸ ਲਈ ਡਿਫਰੈਂਟ ਡਿਫਰੈਂਟ ਸੈਕਟਰਸ ਵਿੱਚ ਇਨਵੋਲਵ ਹੈਗੀ। ਮੈਂ ਤੁਹਾਡੇ ਨਾਲ ਇਹ ਪੁੱਛਣਾ ਚਾਹੁੰਦੀ ਹਾਂ, ਤੁਸੀਂ ਇੰਨੇ ਸਾਲਾਂ ਤੋਂ ਜੁੜੇ ਹੋ ਬੜੂ ਸਾਹਿਬ ਨਾਲ, ਬਾਬਾ ਜੀ ਨਾਲ ਵੀ ਤੁਸੀਂ ਤੁਹਾਡਾ ਸੰਬੰਧ ਹੈਗਾ, ਥੋੜ੍ਹਾ ਜਿਹਾ ਸਾਡੀ ਆਡੀਅੰਸ ਨੂੰ ਦੱਸੋ ਕਿ ਸਭ ਤੋਂ ਪਹਿਲੇ ਕਿੱਦਾਂ ਤੁਸੀਂ ਬੜੂ ਸਾਹਿਬ ਨਾਲ ਜੁੜੇ। ਸਾਡੇ ਜਿਹੜਾ ਆਪਦਾ ਪਰਸਨਲ ਐਕਸਪੀਰੀਅੰਸ ਹੈ, ਐਜੂਕੇਸ਼ਨ ਬੜੀ ਜ਼ਰੂਰੀ ਆ, ਕਿਉਂਕਿ ਐਜੂਕੇਸ਼ਨ ਤੋਂ ਬਿਨਾਂ ਬੰਦਾ ਕਿਤੇ ਵੀ ਸਕਸੈਸਫੁਲ ਨਹੀਂ ਹੋ ਸਕਦਾ। ਬਾਬਾ ਜੀ ਨੇ ਜੋ ਉਪਰਾਲਾ ਕੀਤਾ, ਉਹਨਾਂ ਨੇ ਇਹ ਐਜੂਕੇਸ਼ਨ ਨੂੰ ਗੁਰਮਤਿ ਦੇ ਨਾਲ ਜੋੜਿਆ, ਜਿਸ ਦੇ ਨਾਲ ਬੰਦਾ ਹੋਰ ਵੀ ਪ੍ਰੋਸਪਰਸ ਕਰਦਾ ਲਾਈਫ ਦੇ ਵਿੱਚ। ਬੜੀਆਂ ਕੰਪਲੈਕਸ ਲਾਈਫ ਹੈ ਅਤੇ ਕਈ ਵਾਰੀ ਇਸ ਤਰ੍ਹਾਂ ਦਾ ਟਾਈਮ ਹੈ ਜਿੱਥੇ ਤੁਹਾਡਾ ਫੇਥ ਹੋਣਾ ਬੜਾ ਜ਼ਰੂਰੀ ਹੈ। ਉਹਨਾਂ ਨੇ ਬੱਚਿਆਂ ਨੂੰ ਗੁਰਬਾਣੀ ਦੇ ਨਾਲ ਬਚਪਨ ਤੋਂ ਜੋੜਿਆ ਅਤੇ ਜਦੋਂ ਵੀ ਉਹ ਅੱਜ ਤੋਂ 16-17 ਸਾਲ ਤੋਂ ਪਹਿਲਾਂ 16-17 ਸਾਲ ਤੋਂ ਲਾਸ ਵੇਗਸ ਪਹਿਲੀ ਵਾਰੀ ਆਏ ਸੀ ਅਤੇ ਅਸੀਂ ਉਹ ਬੱਚਿਆਂ ਦੇ ਉੱਤੇ ਬੱਚਿਆਂ ਦੀ ਸਿੱਖਿਆ, ਜੋ ਬੱਚਿਆਂ ਦੇ ਬੱਚਿਆਂ ਦੀ ਮਿਹਨਤ ਜੋ ਤੇ ਦੇਖ ਕੇ ਸਾਡਾ ਮਨ ਬੜਾ ਖੁਸ਼ ਹੋਇਆ। ਇਸ ਕਰਕੇ ਉਦੋਂ ਤੋਂ ਹੀ ਸਾਡਾ ਮਨ ਬਣ ਗਿਆ, ਜਦੋਂ ਵੀ ਬਾਬਾ ਜੀ ਚਾਹੇ ਆਪ ਆਉਂਦੇ ਸੀ ਜਾਂ ਉਹਨਾਂ ਦੀ ਟੀਮ ਆਉਂਦੀ ਸੀ, ਅਸੀਂ ਆਪਣੀ ਇੱਕ ਨਿੱਜੀ ਡਿਊਟੀ ਸਮਝਦੇ ਸੀ। ਲਾਸ ਵੇਗਸ ਦੇ ਵਿੱਚ ਕਾਫੀ ਲੰਬੇ 30 ਸਾਲਾਂ ਤੋਂ ਰਹਿੰਦੇ ਹੋਏ ਅਸੀਂ ਇੱਕ ਡਿਊਟੀ ਸਮਝਦੇ ਸੀ, ਅਸੀਂ ਉਹਨਾਂ ਦੀ ਸਪੋਰਟ ਕਰੀਏ। ਤਾਂ ਕਰਕੇ ਐਜ਼ ਏ ਟੀਮ ਵਰਗ ਗਏ ਸਾਡੀ ਕੋਲ ਆਪਣੇ ਇਕੱਲੇ ਇੱਕ ਜਿਹੜਾ ਇਕੱਲਾ ਬਾਬਾ ਜੀ ਦੇ ਨਾਲ ਜਿਹੜੀ ਅਸੀਂ ਸਾਰੇ ਬੰਦੇ ਜਿੰਨੀ ਸਪੋਰਟ ਕਰ ਸਕਦੇ ਹਾਂ, ਜਿੰਨੀ ਵੱਧੋ ਵੱਧ ਕੀਤੀ ਜਾਵੇ ਉਨੀ ਘੱਟ ਹੈ, ਕਿਉਂਕਿ ਅਸੀਂ ਆਪ ਡਿਵੈਲਪਰ ਹਾਂ। ਸਾਨੂੰ ਪਤਾ ਕੋਈ ਵੀ ਚੀਜ਼ ਕਿਤੇ ਵੀ ਡਿਵੈਲਪ ਕਰਨੀ ਹੈ ਕਾਸਟ ਦੀ ਬਾਤ ਹੈਗੀ। ਇੱਕ ਅਕੈਡਮੀ ਨੂੰ ਬਣਾਉਣ ਇੰਡੀਆ ਦੇ ਵਿੱਚ ਤਾਂ ਕਾਸਟ ਹੋਰ ਵੀ ਜ਼ਿਆਦਾ ਅਤੇ ਲੈਂਡ ਬੜੀ ਐਕਸਪੈਂਸਿਵ ਹੈ ਅਤੇ ਬਾਕੀ ਜਦੋਂ ਕੰਸਟਰਕਸ਼ਨ ਕਰਨੀ ਉਹਨੂੰ ਟਾਈਮ ਵੀ ਜ਼ਿਆਦਾ ਲੱਗਦਾ, ਇਹ ਇੰਨਾ ਜ਼ਿਆਦਾ ਕੁਇਕ ਪ੍ਰੋਸੈਸ ਨਹੀਂ ਹੈਗਾ। ਇਸ ਕਰਕੇ ਅਸੀਂ ਜਿੰਨੇ ਵੀ ਸਾਡੇ ਰੈਲੇਟਿਵ ਸੀ ਜਾਂ ਜਿਹੜੇ ਸਾਡੇ ਆਪਦੇ ਫਰੈਂਡ ਸੀ, ਅਸੀਂ ਕੋਸ਼ਿਸ਼ ਕਰੀ ਦੀ ਸੀ ਵੀ ਆਪਦੇ ਜਿੰਨਾ ਕੁ ਵੀ ਉਹ ਪਾਰਟੀਸਪੇਟ ਕਰ ਸਕਦੇ ਸੀ ਜ਼ਰੂਰ ਕਰ। ਇੰਨੇ ਸਾਲਾਂ ਤੋਂ ਤੁਸੀਂ ਜੁੜੇ ਹੋ, ਇੰਨੇ ਸਾਲ ਤੁਸੀਂ ਇੱਥੇ ਰਹਿ ਰਹੇ ਹੋ, ਬਟ ਫਿਰ ਵੀ ਤੁਸੀਂ ਪੰਜਾਬ ਨੂੰ ਛੱਡਿਆ ਨਹੀਂ। ਕਿੱਦਾਂ ਤੁਹਾਨੂੰ ਲੱਗਦਾ ਹੈ ਕਿ ਬੜੂ ਸਾਹਿਬ ਪੰਜਾਬ ਦੀ ਰਖਵਾਲੀ ਕਰ ਰਹੀ ਹੈ ਅਤੇ ਸਿੱਖੀ ਦਾ ਪ੍ਰਚਾਰ? ਯੂਨੋ, ਪੰਜਾਬ ਨੂੰ ਛੱਡਿਆ ਇਸ ਕਰਕੇ ਨਹੀਂ ਜਾ ਸਕਦਾ ਕਿਉਂਕਿ ਜਦੋਂ ਜਿਹੜੀ ਏਜ ਦੇ ਵਿੱਚ ਅਸੀਂ ਮਾਈਗ੍ਰੇਟ ਹੋਏ ਹਾਂ ਪੰਜਾਬ ਤੋਂ, ਐਂਡ ਅਸੀਂ ਬੜੇ ਮੈਚਿਓਰ ਸੀ, ਅਸੀਂ ਉੱਥੇ ਦੀਆਂ ਕਾਫੀ ਦੁੱਖ ਤਕਲੀਫਾਂ ਨੂੰ ਸਮਝਦੇ ਸੀ
ਵੀ ਜਿਹੜੇ ਪੇਰੈਂਟਸ ਆਪਣੇ ਬੱਚਿਆਂ ਨੂੰ ਨਹੀਂ ਪੜ੍ਹਾ ਸਕਦੇ ਅਤੇ ਉਹਨਾਂ ਨੂੰ ਕਾਫੀ ਅਤੇ ਕਾਫੀ ਇਸ ਚੀਜ਼ ਦੀਆਂ ਮੁਸ਼ਕਲਾਂ ਨੇ ਅਤੇ ਬਾਬਾ ਜੀ ਨੇ ਜਦੋਂ ਅਕਾਲ ਅਕੈਡਮੀ ਦਾ ਕੰਮ ਸ਼ੁਰੂ ਕੀਤਾ ਅਤੇ ਉਹਨਾਂ ਨੇ ਬੜੀਆਂ ਨਾਮੀਨਲ ਫੀਸਾਂ ਰੱਖੀਆਂ ਅਤੇ ਬਾਕੀ ਜਿਹੜੇ ਬੱਚੇ ਅਫੋਰਡ ਨਹੀਂ ਕਰ ਸਕਦੇ ਸੀਗੇ ਉਹਨਾਂ ਦੀਆਂ ਫੀਸਾਂ ਮਾਫ ਵੀ ਕੀਤੀਆਂ ਅਤੇ ਆ ਬਾਬਾ ਜੀ ਨੇ ਆ ਪਰਸਨਲੀ ਜਦੋਂ ਫੋਰਨ ਦੇ ਟੂਰ 'ਤੇ ਆਉਂਦੇ ਸੀਗੇ ਕਾਫੀ ਬੱਚਿਆਂ ਨੂੰ ਸਪੋਂਸਰ ਵੀ ਕਰਾਉਂਦੇ ਸੀ ਅਤੇ ਕਿਉਂਕਿ ਚਾਹੇ ਅਸੀਂ ਇੱਥੇ ਲੰਬੇ ਸਮੇਂ ਤੋਂ ਰਹਿ ਰਹੇ ਹਾਂ ਪਰ ਅਸੀਂ ਪੰਜਾਬ ਦੇ ਹਾਲਾਤਾਂ ਨੂੰ ਬੜੀ ਚੰਗੀ ਤਰ੍ਹਾਂ ਜਾਣਦੇ ਹਾਂ ਕਿਉਂਕਿ ਅਸੀਂ ਉਹਨਾਂ ਦੇ ਵਿੱਚ ਗਰੋ ਅਪ ਹੋਏ ਹਾਂ ਸਾਨੂੰ ਅਸੀਂ ਉਹ ਜਿਹੜੀਆਂ ਡਿਫੀਕਲਟੀਜ਼ ਨੇ ਉਹ ਅਸੀਂ ਅੰਡਰਸਟੈਂਡ ਕਰਦੇ ਹਾਂ ਬੜੀ ਚੰਗੀ ਤਰ੍ਹਾਂ ਕਿਉਂਕਿ ਜੇ ਸਾਡੇ ਕੋਲ ਅੱਜ ਕੁਛ ਥੋੜ੍ਹੀ ਬਹੁਤ ਐਜੂਕੇਸ਼ਨ ਸੀ ਅਤੇ ਅਸੀਂ ਇਸ ਬਾਰੇ ਇਹ ਸੋਚਿਆ ਵੀ ਸਾਡੇ ਬੱਚੇ ਵੀ ਪੜ੍ਹੇ ਲਿਖੇ ਹੋਣੇ ਚਾਹੀਦੇ ਨੇ ਅਤੇ ਇਹਨਾਂ ਕੋਲ ਵੀ ਹਾਈਐਸਟ ਐਜੂਕੇਸ਼ਨ ਹੋਣੀ ਚਾਹੀਦੀ ਉਹ ਜਿਹੜੀ ਅਸੀਂ ਇੰਡੀਆ ਦੇ ਵਿੱਚੋਂ ਚਾਹੇ ਅਸੀਂ ਆਪਦਾ ਐਕਸਪੀਰੀਅੰਸ ਲਾਇਆ ਹੈ ਚਾਹੇ ਅਸੀਂ ਆਪਣੇ ਐਜੂਕੇਸ਼ਨ ਲਾਇਆ ਉਹ ਇੱਕ ਸਾਡਾ ਬਹੁਤ ਵੱਡਾ ਪਿਲਰ ਸੀ ਸਾਨੂੰ ਇੱਥੇ ਸਕਸੈਸ ਹੋਣ ਲਈ ਸਾਡਾ ਜਿਹੜਾ ਕਲਚਰ ਸੀ ਸਪੈਸ਼ਲੀ ਜਿਹੜਾ ਪੰਜਾਬ ਦਾ ਕਲਚਰ ਸੀ ਉਹਨੇ ਵੀ ਸਾਨੂੰ ਬਹੁਤ ਹੈਲਪ ਕੀਤੀ ਇੱਥੇ ਐਸਟੈਬਲਿਸ਼ ਹੋਣ ਲਈ ਲਾਸ ਵੇਗਸ ਇੱਕ ਇਹੋ ਜਿਹਾ ਸ਼ਹਿਰ ਹੈ ਜਿਹੜਾ ਹੁਣ ਤੱਕ ਕੈਪੀਟਲ ਆਫ ਇੰਟਰਟੇਨਮੈਂਟ ਦੇ ਨਾਂ 'ਤੇ ਜਾਣਿਆ ਜਾਂਦਾ ਸੀ ਅਤੇ ਜਦੋਂ ਤਕਰੀਬਨ ਆਏ ਅਸੀਂ ਆਏ ਸੀ ਉਦੋਂ ਪੰਜਾਬੀ ਵੀ ਬਹੁਤ ਘੱਟੇ ਪਰਿਵਾਰ ਸੀ ਅਤੇ ਮੇਰਾ ਖਿਆਲ ਹੈ ਵੀ ਲਾਸ ਵੇਗਸ ਦੇ ਵਿੱਚ ਜੇ ਗੁਰਸਿੱਖ ਮੂਵ ਹੋਏ ਨੇ ਪਹਿਲਾਂ ਇਹ ਰਾਜ ਉਹਨਾਂ ਦਾ ਪਰਿਵਾਰ ਸੀ ਜਿਨ੍ਹਾਂ ਨੇ ਦੋ ਇਹ ਅਤੇ ਜਸਪਾਲ ਸਿੰਘ ਜਿਨ੍ਹਾਂ ਨੇ ਪੱਗ ਬੰਨ੍ਹੀ ਹੁੰਦੇ ਸੀ ਅਤੇ ਜਿਨ੍ਹਾਂ ਨੂੰ ਅਸੀਂ ਦੇਖਿਆ ਅਤੇ ਮਿਲਿਆ ਅਤੇ ਜੋ ਉਹ ਇਹੋ ਜਿਹੀਆਂ ਚੀਜ਼ਾਂ ਦਾ ਬੜਾ ਹੌਂਸਲਾ ਹੁੰਦਾ ਸੀ ਅਤੇ ਜਦੋਂ ਲਾਸ ਵੇਗਸ ਦੇ ਵਿੱਚ ਕਦੇ ਵੀ ਕਿਸੇ ਵੀ ਮਹਾਂਪੁਰਸ਼ ਨੇ ਆ ਕੇ ਜਾਂ ਜਿਨ੍ਹਾਂ ਦੀ ਇੰਨੀ ਦੇਣ ਸੀ ਸੰਤ ਬਾਬਾ ਇਕਬਾਲ ਸਿੰਘ ਜਿਨ੍ਹਾਂ ਨੇ ਸਾਰੇ ਪੜ੍ਹਾਈ ਕਰਨ ਤੋਂ ਬਾਅਦ ਆਪਣਾ ਜੀਵਨ ਸਾਰਾ ਜੀਵਨ ਹੀ ਇਹਦੇ ਐਜੂਕੇਸ਼ਨ ਦੇ ਉੱਤੇ ਲਾਤਾ ਸਾਨੂੰ ਵੀ ਬੜੀ ਪ੍ਰੇਰਣਾ ਮਿਲਦੀ ਸੀ ਭੁਪਿੰਦਰ ਜੀ ਤੁਸੀਂ ਐਜੂਕੇਸ਼ਨ 'ਤੇ ਸਟ੍ਰੈਸ ਪਾਇਆ ਦੈਟ ਕਿ ਐਜੂਕੇਸ਼ਨ ਨਾਲ ਹੀ ਸਾਡੀ ਅਗਲੀ ਪੀੜ੍ਹੀ ਅਤੇ ਪੰਜਾਬ ਅੱਗੇ ਵੱਧ ਸਕਦਾ ਮੈਂ ਹੁਣ ਪੁੱਛਣਾ ਚਾਹਾਂਗੀ ਪ੍ਰਿਤਪਾਲ ਜੀ ਤੋਂ ਪ੍ਰਿਤਪਾਲ ਜੀ ਥੋੜ੍ਹਾ ਜਿਹਾ ਸਾਨੂੰ ਦੱਸੋ ਕਿ ਤੁਹਾਡਾ ਐਕਸਪੀਰੀਅੰਸ ਕਿੱਦਾਂ ਰਿਹਾ ਕਿ ਤੁਹਾਡੀ ਪਰਸਨਲ ਕੀ ਫੀਲਿੰਗ ਸੀਗੀ ਕਿ ਕਿਉਂ ਬੜੂ ਸਾਹਿਬ ਨਾਲ ਪਰਿਵਾਰ ਨੂੰ ਜੁੜਨਾ ਚਾਹੀਦਾ ਸਾਡੀ ਪਰਸਨਲ ਫੀਲਿੰਗ ਇਹ ਸੀਗੀ ਜੀ ਜਦੋਂ ਸਾਡੇ ਕੋਲ ਬਾਬਾ ਜੀ ਆਉਂਦੇ ਹੁੰਦੇ ਸੀਗੇ ਇੱਥੇ ਅਸੀਂ ਦੋ ਤਿੰਨ ਕੁ ਵਾਰੀ ਦਰਸ਼ਨ ਉਹਨਾਂ ਦੇ ਹੋਏ ਨੇ ਉਹ ਉਹਨਾਂ ਦੇ ਨਾਲ ਹੋਰ ਵੀ ਆਉਂਦੇ ਸੀ ਸਾਨੂੰ ਉਹ ਉੱਥੇ ਦੇ ਬਾਰੇ ਗਾਈਡ ਕਰਦੇ ਸੀਗੇ ਵੀ ਸਟੂਡੈਂਟ ਉੱਥੇ ਕਿੰਨੇ ਇੰਡੀਆ ਦੇ ਹਾਲਾਤ ਇੰਨੇ ਮਾੜੇ ਨੇ ਕਿਉਂਕਿ ਲੋਕ ਆਪਣੇ ਜਵਾਕ ਨੂੰ ਪੜ੍ਹਾ ਨਹੀਂ ਸਕਦੇ ਡਰੱਗ ਦਾ ਇਨਵਾਇਰਮੈਂਟ ਉੱਥੇ ਇੰਨਾ ਹੋ ਗਿਆ ਕਿਉਂਕਿ ਹੁਣ ਸਾਡਾ ਇਹ ਫਰਜ਼ ਬਣਦਾ ਸੀ ਹੁਣ ਬਾਬਾ ਜੀ ਨੂੰ ਇੰਡੀਆ ਦੇ ਵਿੱਚ ਇਨਕਮ ਰਿਸੋਰਸ ਹੈ ਨਹੀਂ ਲੋਕ ਇੰਨੇ ਦਾਨ ਪੁੰਨ ਨਹੀਂ ਕਰਦੇ ਉੱਥੇ ਲੋਕਾਂ ਦੀ ਆਪਣੀ ਹਾਲਤ ਮਾੜੀ ਆ ਕਿ ਹੁਣ ਅਮਰੀਕਾ ਦੇ ਵਿੱਚ ਅਸੀਂ ਰਹਿੰਦੇ ਹਾਂ ਸਾਡੀ ਇਨਕਮ ਉੱਥੇ ਹਰੇਕ ਅਮਰੀਕਨ ਦੀ ਜੋ ਵੀ ਹੈ ਇੱਥੇ ਰਹਿੰਦਾ ਉਹਨਾਂ ਦੇ ਕੋਲ ਚਾਰ ਪੈਸੇ ਵੀ ਨੇ ਉਹ ਕਿਸੇ ਦੀ ਹੋਰ ਵੀ ਹੈਲਪ ਕਰ ਸਕਦੇ ਨੇ ਕਿਉਂਕਿ ਬਾਬਾ ਜੀ ਹੁਣ ਤੁਸੀਂ ਬਾਬਾ ਜੀ ਤਾਂ ਇੰਡੀਆ 'ਚ ਇਹ ਕੰਮ ਕਰ ਰਹੇ ਨੇ ਜੇ ਹੁਣ ਤੁਸੀਂ ਕੋਈ ਹੋਰ ਬੰਦੇ ਨੂੰ ਉੱਥੇ ਇੰਡੀਆ 'ਚ ਕਹਿੰਦੇ ਵੀ ਕਿਸੇ ਨੂੰ ਪੈਸੇ ਭੇਜ ਕੇ ਤੁਸੀਂ ਕੰਮ ਕਰਵਾ ਲਈਏ ਜਾਂ ਵੀ ਉਹ ਕਿਸੇ ਦੀ ਸੇਵਾ ਕਰ ਲਉਂਗੇ ਉਹ ਨਹੀਂ ਹੋ ਸਕਦੀ ਇੱਕ ਬਾਬਾ ਜੀ ਕਿਸੇ ਇੱਕ ਪੋਲੀਟਿਕਸ ਪਾਰਟੀ ਨਾਲ ਨਹੀਂ ਜੁਆਇਨ ਕਰਦੇ ਉਹ ਕਿ ਨਿਊਟਰਲ ਨੇ ਕਿਉਂਕਿ ਉਹ ਸਾਰਿਆਂ ਨਾਲੋਂ ਵੱਡਾ ਮੇਰੇ ਵਾਸਤੇ ਇਹ ਸਮਝਣਾ ਵੀ ਕਿ ਉਹ ਕਿਸੇ ਪਾਰਟੀ ਨੂੰ ਬਿਲੋਂਗ ਨਹੀਂ ਕਰਦੇ ਜੋ ਵੀ ਜੇ ਅਸੀਂ ਇੱਕ ਉਹਨਾਂ ਨੂੰ 1 ਰੁਪਈਆ ਵੀ ਦਿੰਦੇ ਹਾਂ ਤਾਂ ਉਹਨਾਂ ਨੇ 1 ਰੁਪਈਆ ਗਾਹਾਂ ਸਪੈਂਡ ਕਰਨਾ ਸਾਡਾ ਮੇਨ ਮਕਸਦ ਇਹੀ ਸੀ ਇਸ ਕਰਕੇ ਬਾਬਾ ਜੀ ਦੇ ਨਾਲ ਜੁੜਨ ਦਾ ਵੀ ਜੋ ਅਸੀਂ ਦਾਨ ਪੁੰਨ ਕਰਾਂਗੇ ਉਹ ਸਾਡਾ ਸਹੀ ਲੇਖੇ ਲੱਗਣਾ ਬਾਕੀ ਮੇਰੇ ਦੋਸਤ ਹੋਰ ਇੱਥੋਂ ਵੀ ਸੀਗੇ ਜਿਹੜੇ ਸਾਡੇ ਰਿਸ਼ਤੇਦਾਰ ਵੀ ਸੀ ਇੰਡੀਆ ਦੇ ਵਿੱਚ ਉਹਨਾਂ ਦੇ ਵੀ ਜਵਾਕ ਉੱਥੇ ਪੜ੍ਹਦੇ ਸੀ ਸਾਨੂੰ ਉੱਥੋਂ ਦੀ ਫੀਡਬੈਕ ਮਿਲਦੀ ਸੀ ਵੀ ਕਿ ਉੱਥੇ ਜੋ ਕੰਮ ਹੋ ਰਿਹਾ ਉਹ ਬਹੁਤ ਵਧੀਆ ਹੋ ਰਿਹਾ ਤੋ ਜੋ ਪੈਸੇ ਲੱਗਦੇ ਨੇ ਉਹ ਸਹੀ ਤਰੀਕੇ ਨਾਲ ਲੱਗ ਰਹੇ ਨੇ ਜਿਵੇਂ ਤੁਸੀਂ
जानते हो कई बार लोग गलत अफवाह भी लाते रहे ने बाबा जी बारे भी उत्थे जवाक पढ़ते ही नहीं गए उन्होंने कुटिया जाता है ज कुछ की किया जाता पर सानू एक्चुअली परसनली ये पता से भी वो जो गल आ रही ने सब फराड है जो भी लोग एक पॉलिटिक्स है एक चलेंदी दूजे ग्रुप ने वो कहें भी जोड़ा सिख धर्म है वो अगे ना जा सके जो सिखा के जवाक पढ़ ना सकन भी ता कि ये एक संस्था है लगी है यही लगे हुए ने भी जोड़े कहने भी पिंडा पिंडा भी स्कूल खोल देने कि सारे इंडिया के स्कूल खोल देने वो की खोल देने क्योंकि जो पैसे आते हैं उत्थे लगते हैं हुण दूजे हुण तुसीं जिहड़े ने होर धर्म के जिहड़े साडे होर आगू ने वह भी कम करते हैं कहिंदे असीं कम करते हैं पर जो उन्होंने रुपया देने वह 75 पैसे आपदी जेब 'च जांदे ने 25 पैसे खर्च करते हैं वो ना कम नहीं हुंदा इस करके सानू सी भी बाबा जी जो कम कर रहे हैं बहुत वधिया कम कर रहे हैं सानू उन्हां ते भरोसा सी तां करके असीं उन्हां नाल जुड़े हुए सी। प्रतपाल जी तुसी तुहाडी पूरी फैमिली वेगस विच 30 तों वध सालां तों इत्थे एस्टैबलिश हैगे तुसी जो अपनी इमीग्रेंट्स की स्टोरी होंदी है जो पहले इत्थे आए सी स्ट्रगल कीती सी उस टाइम तुसी मैनू पहले इंटरव्यू तो दस्या हैंड टू माउथ सीगा ए नहीं सीगा कि तुहाडे कोल एक्सट्रा रिसोर्सिज हुंदे सी उस टाइम तो लैके हुण तक जो जिदा तुसी अपनी जिदा कहिंदे अपने आप नूं एस्टैबलिश कीता इत्थे तुहानूं लगदा है कि ये कोई तुहानूं रब तो मैसेज आया कि तुसी अग्गे देना है कि या ये हमेशा इदां दा सीगा तुहाडी फैमिली च छोटे होंदे तो ही मेरे मन दे विच हमेशा ये रही आ कि मैं उत्थे गुरुद्वारे भी जाता सी मंदिर भी जाता सी मेरा काम यही हुंदा सी ज़्यादा छोटे होंदे तो मैं मंदिर चार मेरा विचार ही हुंदा सी दान पुन जिन्ना करने आ कि जो असीं उत्थे स्कूल पढ़दे हुंदे आर्या स्कूल हुंदा सी उत्थे मंगलवार नूं पैसे इकट्ठे करदे हुंदे सी टीचर उन्होंने कहना भी तुसीं अपना दान करो एक आना दो आने जां पंज इन्ने क पैसे हुंदे सीगे साडा मास्टर ये कहना हुंदा सी भी जिहड़ा दान करूगा उहनूं 70 गुणा पैसे मिलने ने वो 70 गुणा भी थोनू जे तुसीं अज दान एक पैनी करते हो तो 70 गुणा मिलनी है भी थोनू साढ़े दिमाग दे विच ए बसया होया सी भी जे अज असीं एक चीज़ दान करते हैं उहदा सानू फल बहुत ज़्यादा मिलना बाकी साडी जिहड़े मदर सीगे वो उहनां दा भी इही विचार सी भी वो बहुत सुभाअ दे दिवालू सुभाअ दे सीगे ते वध तों वध दान पुन कोई किसी रिश्तेदार नूं कोई प्रॉब्लम आ उहनां दी हैल्प करनी है किसी की भी हैल्प करनी है उहनां करना साडी हमेशा सी भी इह वाहिगुरू ने सानू दित्ता है ये पता नहीं किहदी किस्मत है ये जो अज साढ़े कोल है ये पता नहीं किहदे भाग ने किहदी सीस मिली हुई है इस करके साडा हमेशा विचार यही हुंदा सी कि वध तों वध दान पुन कीता जावे पर कीता जावे वो सही तरीके थों ते सही थों ते जिहनूं कीता जावे ते वो गाहां चंगे पासे लगे जी जी ये तो इत्थे तुहानूं मिल के तुहाडी पूरी फैमिली नाल गल करके तो लगता है कि सच्ची वो तुहाडी उस स्कूल दे मास्टर दी गल सही सीगी आपां इदां ही गल्लां करदे रहांगे बट छोटी जी ब्रेक लई पॉज लैंदे तुसीं भी जुड़े रहो विल बी राइट बैक। ब्रेक तो बाद सारयां दा स्वागत एक बार फिर मैं हाँ आशमिता तुसीं वेख रहे हो विच दुनिया सेव कमाईए मैं बैठी हाँ अज भाटी फैमिली नाल एंड गल कर रहे आप बड़ू साहब बारे बाबा इकबाल बारे एंड की उन्होंने पंजाब ले किता हले तक ते की ओ होर कर रहे हैं जेरी लोड ना कि सिर्फ पंजाब च हैगी बट दुनिया भर हैगी ओदी लोड। रमन जी थोड़ा जा सानू दसो तुहाडी अपनी फैमिली दे उत्थे बच्चे इनरोल हैगे अकाल अकैडमी च दसो इस एक्सपीरियंस बारे थोड़ा जा सानू। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਕਿਉਂਕਿ ਮੇਰੇ ਕਜ਼ਨ ਹੈ ਹੁਣ ਉਹ ਕੈਨੇਡਾ ਦੇ ਵਿੱਚ ਆ ਉਹਦੇ ਬੱਚੇ ਖਮਾਣੋ ਬੜੂ ਸਾਹਿਬ ਅਕੈਡਮੀ ਦੇ ਵਿੱਚ ਪੜ੍ਹਦੇ ਸੀ ਮੈਂ ਉਹਨਾਂ ਨੂੰ ਮਿਲੀ ਤਾਂ ਉਹ ਬੱਚੇ ਇੰਨਾ ਵਧੀਆ ਕੀਰਤਨ ਕਰਦੇ ਆ ਅਤੇ ਪੜ੍ਹਾਈ ਵੀ ਉੱਥੇ ਬਹੁਤ ਵਧੀਆ ਹੈ ਮੈਂ ਬਹੁਤ ਇੰਪ੍ਰੈਸ ਹੋਈ ਕਿਉਂਕਿ ਬਾਬਾ ਜੀ ਨੇ ਜੋ ਉਪਰਾਲਾ ਕੀਤਾ ਉਹ ਬਹੁਤ ਵਧੀਆ ਕੀਤਾ ਸਾਰਿਆਂ ਨੂੰ ਉਹਦਾ ਬਹੁਤ ਫਾਇਦਾ ਹੋ ਰਿਹਾ ਬੱਚਿਆਂ ਨੂੰ। ਕਮਲ ਜੀ ਜਦੋਂ ਆਪਾਂ ਐਜੂਕੇਸ਼ਨ ਦੀ ਗੱਲ ਕਰੀਦੀ ਹੈ ਸਪੈਸੀਫਿਕਲੀ ਜੋ ਔਰਤਾਂ ਹੁੰਦੀਆਂ ਉਹ ਡਿਸਐਡਵਾਂਟੇਜ ਹੁੰਦੀਆਂ ਨੋਰਮਲੀ ਅਗਰ ਕੋਈ ਪੂਅਰ ਫੈਮਿਲੀ ਹੈਗੀ ਇੰਡੀਆ 'ਚ ਉਹਨਾਂ ਦੇ ਕੋਲ ਕੁੜੀ ਅਤੇ ਮੁੰਡਾ ਹੈ ਅਤੇ ਦੇ ਓਨਲੀ ਹੈਵ ਇਨਫ ਮਨੀ ਟੂ ਸੈਂਡ ਇੱਕ ਬੱਚੇ ਨੂੰ ਸਕੂਲ ਵਿੱਚ ਉਹ ਮੁੰਡੇ ਨੂੰ ਸੈਂਡ ਕਰਦੇ ਆ ਰਾਈਟ ਬਟ ਅਕਾਲ ਅਕੈਡਮੀ ਇਸ ਚੀਜ਼ ਨੂੰ ਹੈਂਡਲ ਕਰ ਰਿਹਾ ਤਾਂ ਕਿ ਔਰਤਾਂ ਅਤੇ ਕੁੜੀਆਂ ਨੂੰ ਵੀ ਐਜੂਕੇਸ਼ਨ ਸਪੈਸੀਫਿਕਲੀ ਮਿਲ ਸਕਦੀ ਹੈ ਥੋੜ੍ਹਾ ਜਿਹਾ ਇਹਦੇ ਬਾਰੇ ਸਾਨੂੰ ਦੱਸੋ। ਹਾਂਜੀ ਸਭ ਤੋਂ ਪਹਿਲਾਂ ਤਾਂ ਜਸ ਪੰਜਾਬੀ ਤੁਹਾਡਾ ਬਹੁਤ ਵੈਲਕਮ ਆ ਅਤੇ ਦੂਸਰੀ ਗੱਲ ਹੈ ਜਿੱਥੋਂ ਤੱਕ ਐਜੂਕੇਸ਼ਨ ਦਾ ਹੈ ਵੀਮੈਨ ਐਜੂਕੇਸ਼ਨ ਦਾ ਆਈ ਥਿੰਕ ਇਹ ਸਭ ਤੋਂ ਵੱਡਾ ਉਪਰਾਲਾ ਮੈਂ ਦੇਖ ਰਹੀ ਹਾਂ ਵੀ ਬਾਬਾ ਜੀ ਹੁਣਾਂ ਦਾ ਮੈਂ ਬੜੂ ਸਾਹਿਬ ਤੋਂ ਪ੍ਰੋਗਰਾਮ ਦੇਖਦੀ ਹਾਂ ਜਦੋਂ ਉਹਨਾਂ ਦਾ ਪ੍ਰੋਗਰਾਮ ਆਉਂਦਾ ਆ
ਤੇ ਬਹੁਤ ਵੱਡਾ ਉਪਰਾਲਾ ਆ ਉਹਨਾਂ ਦਾ, ਕਿਉਂਕਿ ਬੱਚਿਆਂ ਨੂੰ ਇਸ ਪਾਸੇ ਲਾਉਣਾ, ਐਜੂਕੇਸ਼ਨ ਦੇਣੀ ਔਰ ਦੂਸਰਾ ਸਿੱਖੀ ਦੇ ਨਾਲ ਜੋੜਨਾ ਬਹੁਤ ਵੱਡਾ ਉਪਰਾਲਾ ਹੈ, ਕਿਉਂਕਿ ਮੈਂ ਤਾਂ ਦੇਖਿਆ ਕਿ ਇੰਡੀਆ ਦੇ ਵਿੱਚ ਇਹ ਚੀਜ਼ਾਂ ਹੁਣ ਜਿਹੜੀਆਂ ਨੇ ਇਹ ਵਿਸਰਦੀਆਂ ਜਾ ਰਹੀਆਂ ਨੇ। ਪੇਰੈਂਟਸ ਖੁਦ ਬੱਚਿਆਂ ਨੂੰ, ਮੈਂ ਨਹੀਂ ਕਹਿੰਦੀ ਵੀ ਉਹ ਕਦੇ ਕਹਿੰਦੇ ਹੋਣਗੇ ਵੀ ਪਾਠ ਕਰ ਲਓ, ਕਿਉਂਕਿ ਮੈਂ ਕਿਸੇ ਬੱਚੇ ਨਾਲ ਗੱਲ ਕੀਤੀ ਤਾਂ ਮੈਂ ਉਹਨਾਂ ਨੂੰ ਪੁੱਛਿਆ ਬੇਟਾ ਗੁਰਦੁਆਰੇ, ਕਹਿੰਦੇ ਜੀ ਪਿਛਲੇ 4 ਸਾਲ ਤੋਂ ਕਦੇ ਗੁਰਦੁਆਰੇ ਨਹੀਂ ਗਏ, ਕਹਿੰਦੇ ਨਾ ਸਾਡੇ ਮੰਮੀ ਡੈਡੀ ਨੇ ਸਾਨੂੰ ਕਹਿੰਦੇ ਨਹੀਂ। ਸੋ ਬਾਬਾ ਜੀ ਹੁਣ ਥਾਂ ਥਾਂ 'ਤੇ ਸਕੂਲ ਖੁੱਲ੍ਹ ਰਹੇ ਆ, ਬੱਚਿਆਂ ਨੂੰ ਐਜੂਕੇਸ਼ਨ ਦੇ ਨਾਲ ਨਾਲ ਧਾਰਮਿਕ ਵਿੱਦਿਆ ਦੇ ਰਹੇ ਨੇ, ਉਹ ਬਹੁਤ ਵਧੀਆ ਉਪਰਾਲਾ ਆ ਜਿਹੜਾ ਮੈਨੂੰ ਸਭ ਤੋਂ ਵਧੀਆ ਲੱਗਦਾ ਆ ਇਸ ਟਾਈਮ। ਦੂਸਰਾ ਜਿਹੜਾ ਵੀਮੈਨ ਇੰਪਾਵਰਮੈਂਟ ਦਾ ਆ, ਆਈ ਥਿੰਕ ਦੈਟਸ ਦਾ ਬੈਸਟ ਥਿੰਗ ਆਈ ਥਿੰਕ ਦੇ ਆਰ ਡੂਇੰਗ, ਕਿਉਂਕਿ ਕੁੜੀਆਂ ਨੂੰ ਅੱਜ ਕੱਲ੍ਹ ਹਾਲਾਤ ਉਹਨਾਂ ਦੇ ਬਹੁਤ ਮਾੜੇ ਹੋ ਗਏ ਸੀ ਪੰਜਾਬ ਦੇ ਵਿੱਚ, ਪਰ ਹੁਣ ਜਦੋਂ ਹੁਣ ਤੁਸੀਂ ਦੇਖਦੇ ਹੋ ਤਾਂ ਬੱਚੀਆਂ, ਮੇਰਾ ਖਿਆਲ ਹੈ ਮੁੰਡਿਆਂ ਦੇ ਨਾਲੋਂ ਜ਼ਿਆਦਾ ਅੱਗੇ ਨੇ ਪੜ੍ਹਾਈ ਦੇ ਵਿੱਚ, ਇਸੇ ਕਰਕੇ ਕਿਉਂਕਿ ਉਹਨਾਂ ਨੂੰ ਉਤਸ਼ਾਹ ਮਿਲ ਰਿਹਾ ਹੈ, ਉਹ ਜਦੋਂ ਐਜੂਕੇਸ਼ਨ ਲਈ ਜਾਂਦੀਆਂ ਨੇ ਉਹਨਾਂ ਨੂੰ ਉੱਚੀਆਂ ਉੱਚੀਆਂ ਪਦਵੀਆਂ ਨੇ ਉਹਨਾਂ 'ਤੇ ਐਜੂਕੇਸ਼ਨ ਲੈ ਕੇ ਉੱਥੇ ਉਹ ਪ੍ਰਾਪਤ ਕਰਦੀਆਂ ਨੇ, ਔਰ ਦੇਖਦੇ ਹਾਂ ਅਸੀਂ ਟੀਵੀ ਦੇ ਵਿੱਚ ਹਰ ਰੋਜ਼ ਕਿ ਉਹ ਬੱਚੀਆਂ ਬਹੁਤ ਹਾਈ ਲੈਵਲ ਆਪਣੇ ਜੋਬਸ ਕਰ ਰਹੀਆਂ ਨੇ, ਅਤੇ ਉਹ ਸਿਰਫ ਇਸੇ ਕਰਕੇ ਆ ਕਿਉਂਕਿ ਬਾਬਾ ਜੀ ਹੁਣਾਂ ਦਾ ਉਪਰਾਲਾ ਆ, ਅਤੇ ਉੱਧਰੋਂ ਫਿਰ ਬੱਚੀਆਂ ਜਦੋਂ ਦੇਖਦੀਆਂ ਤਾਂ ਉਹ ਨੈਚੁਰਲੀ ਦੂਸਰੇ ਬੱਚਿਆਂ ਨੂੰ ਵੀ ਉਤਸ਼ਾਹ ਮਿਲਦਾ ਆ ਬੱਚੀਆਂ ਨੂੰ। ਅਤੇ ਇਹ ਵੀ ਕਿਹਾ ਜਾ ਸਕਦਾ ਹੈ ਕਿ ਅਗਰ ਤੁਸੀਂ ਇੱਕ ਕੁੜੀ ਨੂੰ ਪੜ੍ਹਾਉਂਦੇ ਹੋ, ਉਹਨੂੰ ਤੁਸੀਂ ਕੌਨਫੀਡੈਂਸ ਦਿੰਦੇ ਹੋ, ਉਹ ਕੁੜੀ ਅੱਗੇ ਜਾ ਕੇ ਆਪਣੇ ਪਰਿਵਾਰ 'ਚ ਉਹੀ ਵੈਲਿਊ ਪਰਿਵਾਰ ਕਹਿੰਦੇ ਵੀ ਜੇ ਅਸੀਂ ਬੱਚੇ ਮੁੰਡੇ ਨੂੰ ਪੜ੍ਹਾਓਗੇ ਤਾਂ ਸਿਰਫ ਇੱਕ ਮੁੰਡਾ ਪੜ੍ਹੇਗਾ, ਜੇ ਤੁਸੀਂ ਬੱਚੀ ਨੂੰ ਪੜ੍ਹਾਓਗੇ ਤਾਂ ਸਮਝ ਲਓ ਦੋ ਪਰਿਵਾਰ ਪੜ੍ਹਨਗੇ, ਕਿਉਂਕਿ ਇੱਕ ਤਾਂ ਉਹਨਾਂ ਦਾ ਪੇਕੇ ਦਾ ਪਰਿਵਾਰ ਪੜੂਗਾ ਅਤੇ ਦੂਸਰੀ ਇੱਥੇ ਵਿਆਹ ਕੇ ਜਾਏਗੀ ਜੀ, ਉਹ ਪਰਿਵਾਰ ਵੀ ਪੜੂ ਜੀ ਜੀ, ਅਤੇ ਉਹਨਾਂ ਦੀ ਅਗਲੀ ਪੀੜ੍ਹੀ ਪੜੂਗੀ ਜੀ। ਅਤੇ ਜੋ ਇੰਡੀਆ 'ਚ ਹੁਣ ਹੋ ਰਿਹਾ ਸਪੈਸੀਫਿਕਲੀ ਪੰਜਾਬ ਵਿੱਚ ਐਜੂਕੇਸ਼ਨ ਦੇ ਮਾਮਲੇ 'ਚ, ਤੁਹਾਨੂੰ ਕੀ ਲੱਗਦਾ ਹੈ ਕਿ ਹੋਰ ਕੋਈ ਇੱਦਾਂ ਦੀ ਸੰਸਥਾ ਹੈ ਜੋ ਇੰਨਾ ਵੱਡਾ ਕੰਮ ਕਰੀ ਹੈ ਜਿੱਦਾਂ ਬੜੂ ਸਾਹਿਬ ਕਰ ਰਹੇ ਆ? ਦੇਖੋ ਅਸੀਂ ਹੁਣ ਇੱਥੇ ਰਹਿੰਦੇ ਹਾਂ, ਪਰ ਮੈਂ ਤਾਂ ਸਿਰਫ ਅੱਜ ਤੱਕ ਜੋ ਸੁਣੀ ਆ ਉਹ ਸਿਰਫ ਬੜੂ ਸਾਹਿਬ ਦੇ ਬਾਰੇ ਸੁਣਿਆ, ਕਿਉਂਕਿ ਮੈਂ ਉੱਥੇ ਦੇ ਬੱਚਿਆਂ ਨੂੰ ਬੱਚਿਆਂ ਦੇ ਕੰਟੈਕਟ ਦੇ ਵਿੱਚ ਵੀ ਆਈ ਹਾਂ ਜਦੋਂ ਲਾਸ ਵੇਗਸ ਆਏ ਸੀਗੇ, ਆਉਂਦੇ ਰਹੇ ਨੇ, ਔਰ ਸਹੀ ਗੱਲ ਆ ਕਿ ਪਰ ਸਾਡੇ ਬੱਚੇ ਉਸ ਟਾਈਮ ਉਹ ਲੈਵਲ ਪਾਰ ਕਰ ਚੁੱਕੇ ਸੀ, ਅਸੀਂ ਉਹਨਾਂ ਨੂੰ ਉੱਥੇ ਨਹੀਂ ਸੀ ਭੇਜ ਸਕਦੇ, ਪਰ ਜੇ ਕਿਤੇ ਸਾਡੇ ਅਸੀਂ ਉਹਨਾਂ ਦੇ ਪਹਿਲਾਂ ਕੰਟੈਕਟ ਦੇ ਵਿੱਚ ਆਏ ਹੁੰਦੇ ਤਾਂ ਅਸੀਂ ਆਪਣੇ ਬੱਚਿਆਂ ਨੂੰ ਜ਼ਰੂਰ, ਚਾਹੇ ਥੋੜ੍ਹਾ ਟਾਈਮ ਲਵਾਉਂਦੇ ਤਾਂ ਜ਼ਰੂਰ ਲਵਾਉਂਦੇ। ਬੱਚਿਆਂ ਦੇ ਉੱਤੇ ਬਹੁਤ ਵਧੀਆ ਇੰਪ੍ਰੈਸ਼ਨ ਚੱਲ ਰਿਹਾ, ਬੱਚੇ ਬਹੁਤ ਐਜੂਕੇਸ਼ਨ, ਇੱਕ ਸਿਰਫ ਐਜੂਕੇਸ਼ਨ ਦੇ ਪਾਸਿਓਂ ਨਹੀਂ ਦੂਸਰੇ ਪਾਸਿਓਂ ਬੱਚੇ ਦੋਨੋਂ ਪਾਸਿਓਂ ਇੰਟੈਲੀਜੈਂਟ ਜੀ। ਜਦੋਂ ਤੁਸੀਂ ਕਿਹਾ ਬੱਚੇ ਲਾਸ ਵੇਗਸ ਆਉਂਦੇ ਰਹਿੰਦੇ ਅਤੇ ਤੁਸੀਂ ਉਹਨਾਂ ਨੂੰ ਵੇਖਿਆ, ਥੋੜ੍ਹਾ ਜਿਹਾ ਦੱਸੋ ਕਿ ਕਿੱਦਾਂ ਉਹ ਕਿੱਦਾਂ ਦੇ ਸੀਗੇ? ਐਕਚੁਲੀ ਉਹਨਾਂ ਦੇ ਨਾਲ ਪਿਆਰ ਇੱਦਾਂ ਲੱਗਦਾ ਨਹੀਂ ਹੁੰਦਾ ਸੀ ਸਾਨੂੰ ਵੀ ਅਸੀਂ ਉਹਨਾਂ ਨੂੰ ਪਹਿਲੀ ਵਾਰੀ ਮਿਲ ਰਹੇ ਹਾਂ ਬੱਚਿਆਂ ਨੂੰ, ਕਿਉਂਕਿ ਉਹ ਬੱਚੀਆਂ ਇੰਨਾ ਪਿਆਰ ਕਰਦੀਆਂ ਸੀ ਔਰ ਇੰਨੀ ਜਲਦੀ ਘੁਲ ਮਿਲ ਜਾਂਦੀਆਂ ਸੀਗੀਆਂ, ਅਤੇ ਜਦੋਂ ਵੀ ਕਿਉਂਕਿ ਐਵਰੀ ਆਈ ਥਿੰਕ ਐਵਰੀ 2 ਈਅਰਸ ਪ੍ਰੋਗਰਾਮ ਹੁੰਦੇ ਸੀ ਤਾਂ ਵੀਰ ਜੀ ਹੁਣੀ ਲੈ ਕੇ ਆਉਂਦੇ ਸੀਗੇ ਉਹਨਾਂ ਨੂੰ, ਤਾਂ ਤਕਰੀਬਨ ਸਾਡਾ ਉਹਨਾਂ ਦੇ ਨਾਲ ਪਰਸਨਲੀ ਕੰਟੈਕਟ ਰਿਹਾ ਉਹਨਾਂ ਬੱਚਿਆਂ ਦੇ ਨਾਲ। ਮੈਨੂੰ ਤਾਂ ਬਹੁਤ ਚੰਗੀਆਂ ਲੱਗਦੀਆਂ ਹੁੰਦੀਆਂ ਸੀ, ਮੈਂ ਕਹਿੰਦੀ ਹੁੰਦੀ ਸੀ ਵੀ ਬਸ ਜੋ ਆ ਵੀ ਉੱਥੇ ਹੀ ਆ, ਪਰ ਅਸੀਂ ਉਸ ਟਾਈਮ ਉਸ ਸਰਕਲ ਦੇ ਵਿੱਚੋਂ ਲੰਘ ਚੁੱਕੇ ਸੀਗੇ, ਨਹੀਂ ਤਾਂ ਸ਼ਾਇਦ ਅਸੀਂ ਆਪਣੇ ਬੱਚਿਆਂ ਨੂੰ ਜ਼ਰੂਰ ਉੱਥੇ ਭੇਜਦੇ ਤਾਂ ਕਿ ਉਹ ਵੀ ਥੋੜ੍ਹਾ ਜਿਹਾ ਉਹਨਾਂ ਨੂੰ ਵੀ, ਕਿਉਂਕਿ ਹੁਣ ਸਾਡੇ ਬੱਚੇ ਪੰਜਾਬੀ ਬੋਲਦੇ ਨੇ, ਬਹੁਤ ਗੂੜ੍ਹੀ ਬੋਲਦੇ ਨੇ, ਪਰ ਪੜ੍ਹਨੀ ਪੰਜਾਬੀ ਆਈ ਥਿੰਕ ਨਹੀਂ ਸਾਡੇ ਕਿਸੇ ਬੱਚੇ ਨੂੰ ਨਹੀਂ ਆਉਂਦੀ। ਅਤੇ ਬੜੂ ਸਾਹਿਬ ਨੇ ਕੀਤਾ ਸੀ ਉਪਰਾਲਾ, ਇੱਥੇ ਉਹਨਾਂ ਨੇ ਪ੍ਰੋਗਰਾਮ ਕੀਤਾ ਸੀ, ਪੰਜਾਬੀ ਦੀਆਂ ਕਲਾਸਾਂ ਲਾਉਂਦੇ ਸੀਗੇ, ਤਾਂ ਉਦੋਂ ਸਾਡੇ ਬੱਚੇ ਲੱਗੇ ਸੀਗੇ, ਪਰ ਫਿਰ ਡਿਸਕੰਟੀਨਿਊ ਹੋਣ ਕਰਕੇ ਉਹਨਾਂ ਦਾ ਜਿਹੜਾ ਪੰਜਾਬੀ ਬੋਲਦੇ ਨੇ, ਕਿਉਂਕਿ ਅਸੀਂ ਘਰ 'ਚ ਬੋਲਦੇ ਹਾਂ, ਪਰ ਜਿਹੜਾ ਉਹਨਾਂ ਨੂੰ ਪੜ੍ਹਨਾ ਨਹੀਂ ਆਉਂਦੀ। ਸੋ ਔਰ ਇਹ ਫੀਲ ਕਰਦੇ ਨੇ ਸਾਡੇ ਬੱਚੇ ਵੀ ਸਾਨੂੰ ਪੰਜਾਬੀ 'ਚ ਜੇ ਪਾਠ ਪੜ੍ਹਨਾ ਹੋਵੇ ਤਾਂ ਉਹਦਾ ਡਿਫਰੈਂਟ ਮੀਨਿੰਗ ਆ, ਕਿਉਂਕਿ ਜੋ ਅਸੀਂ ਇੰਗਲਿਸ਼ 'ਚ ਪੜ੍ਹਦੇ ਹਾਂ ਤਾਂ ਸਾਨੂੰ ਉਹ ਵਾਲਾ ਪਾਠ ਕਰਨ ਦਾ ਮਜ਼ਾ ਨਹੀਂ ਆਉਂਦਾ, ਇਹ ਬੱਚਿਆਂ ਦੀ ਆਪਣੀ ਵਰਡਿੰਗ ਆ ਸਾਡਿਆਂ ਦੀ, ਕਹਿੰਦੇ ਵੀ ਸਾਨੂੰ ਇੰਗਲਿਸ਼ ਦੇ ਵਿੱਚ ਪਾਠ ਪੜ੍ਹਨ ਦਾ ਜਿਹੜਾ ਹੈਗਾ ਉਹ ਮਜ਼ਾ ਨਹੀਂ ਆਉਂਦਾ। ਜੀ ਜੀ ਜੀ। ਭੁਪਿੰਦਰ ਜੀ, ਮੈਂ ਹੁਣ ਤੁਹਾਨੂੰ ਪੁੱਛਣਾ ਚਾਹਾਂਗੀ, ਆਪਾਂ ਪਹਿਲੇ ਗੱਲ ਕਰ ਰਹੇ ਸੀ ਕਿ ਜੋ ਇਹ ਸਾਡੇ ਕਲਚਰ 'ਚ ਸਿੱਖੀ ਦੀ ਪ੍ਰਚਾਰ ਹੁੰਦਾ ਹੈ, ਉਹਦੇ ਨਾਲ ਬੰਦੇ ਨੂੰ ਲਾਈਫ ਵਿੱਚ ਕਿੰਨੀ, ਜਦੋਂ ਤੁਹਾਨੂੰ ਕੌਨਫਲਿਕਟ ਆਉਂਦੀ ਹੈ, ਸਹਾਰਾ ਮਿਲਦਾ ਹੈ ਉਸ ਵੈਲਿਊ ਸਿਸਟਮ ਨਾਲ। ਜੋ ਕੰਮ ਬੜੂ ਸਾਹਿਬ ਅਕਾਲ ਅਕੈਡਮੀ 'ਚ ਹੋ ਰਿਹਾ ਹੈ, ਉਹ ਕਿੱਦਾਂ ਅਗਲੀ ਜਨਰੇਸ਼ਨ ਨੂੰ ਪ੍ਰਪੇਅਰ ਕਰ ਰਿਹਾ ਹੈ, ਮਤਲਬ ਲਾਈਫ ਦੀ ਚੈਲੇਂਜਸ ਨਾਲ ਡੀਲ ਕਰਨ ਲਈ? ਜ਼ਿੰਦਗੀ ਦੇ ਵਿੱਚ ਬੰਦੇ ਦਾ ਫੇਥ ਹੋਣਾ ਬਹੁਤ ਜ਼ਰੂਰੀ ਆ, ਅਤੇ
ਕਿਸੇ ਵੀ ਚੀਜ਼ ਦੇ ਵਿੱਚ ਜੇ ਤੁਸੀਂ ਤਰੱਕੀ ਕਰਨੀ ਹੈ, ਚਾਹੇ ਉਹ ਆਪਣੇ ਪਰਸਨਲ ਲਾਈਫ ਦੇ ਵਿੱਚ ਹੈ, ਚਾਹੇ ਤੁਹਾਡਾ ਰਿਲੀਜੀਅਸ ਲਾਈਫ ਦੇ ਵਿੱਚ ਹੈ, ਤੁਹਾਨੂੰ ਕਿਸੇ ਤੋਂ ਸੇਧ ਮਿਲਣੀ ਬੜੀ ਜ਼ਰੂਰੀ ਆ। ਅਤੇ ਬਾਬਾ ਜੀ ਨੇ ਬਹੁਤ ਵੱਡਾ ਉਪਰਾਲਾ ਕੀਤਾ ਇਹਦੇ ਵਿੱਚ, ਅਤੇ ਬੱਚਿਆਂ ਨੂੰ ਮੁੜ ਤੋਂ ਇਹ ਜੋੜਿਆ ਹੈ ਨਿਤਨੇਮ ਦੇ ਨਾਲ। ਅਤੇ ਆਪਣੇ ਗੁਰਬਾਣੀ ਦੇ ਨਾਲ। ਪ੍ਰਿਤਪਾਲ ਜੀ, ਮੈਂ ਤੁਹਾਨੂੰ ਪੁੱਛਣਾ ਚਾਹਾਂਗੀ ਕਿ ਇਸ ਸਪੋਰਟ ਦੇ ਨਾਲ ਜਿੱਦਾਂ ਕਹਿੰਦੇ ਨਾ ਲਾਈਕ ਵੈਲ ਰਾਊਂਡਡ ਐਜੂਕੇਟਿਡ ਅਤੇ ਪ੍ਰੋਡਕਟਿਵ ਮੈਂਬਰ ਆਫ ਸੁਸਾਇਟੀ ਬਣਨ ਲਈ ਕੀ ਉਹਨਾਂ ਨੂੰ ਉੱਥੇ ਸਿਖਾਇਆ ਜਾ ਰਿਹਾ, ਜਿੱਦਾਂ ਕਿ ਉਹ ਅੱਗੇ ਜਾ ਕੇ ਹੋਰ ਵਧੀਆ ਮੈਂਬਰ ਬਣਨ ਸੁਸਾਇਟੀ ਦੇ? ਜਿਹੜੇ ਅਮਰੀਕਾ ਜਾਂ ਕਨੇਡਾ ਜਾਂ UK ਤੋਂ ਵੀ ਜਵਾਕ ਜਾਂਦੇ ਨੇ, ਸਟੂਡੈਂਟ ਜਾਂਦੇ ਨੇ ਇੰਡੀਆ ਦੇ ਵਿੱਚ, ਇੱਕ ਤਾਂ ਉਹਨਾਂ ਨੂੰ ਇਹ ਉੱਥੇ ਜਾ ਕੇ ਇੰਡੀਆ ਦਾ ਜੋ ਕਲਚਰ ਹੈ ਜੋ ਅਸੀਂ ਉਰੇ ਮਿਸ ਕਰਦੇ ਨੇ, ਜਵਾਕ ਸਾਡੇ ਕੋਲ ਨਹੀਂ ਹੈਗਾ, ਉਹ ਉਹਨਾਂ ਨੂੰ ਮਿਲਦਾ ਉਸ ਸਕੂਲ ਦੇ ਵਿੱਚ। ਇੱਕ ਤਾਂ ਅਧਿਆਤਮਿਕ ਵਿੱਦਿਆ ਮਿਲ ਗਈ, ਇੱਕ ਜਿਹੜੀ ਉੱਥੇ ਦੀ ਐਜੂਕੇਸ਼ਨ ਹੈ ਹਾਈ ਲੈਵਲ ਦੀ ਐਜੂਕੇਸ਼ਨ ਆ ਉਹ ਮਿਲਦੀ ਹੈ, ਕਿਉਂਕਿ ਹੁਣ ਇੱਥੇ ਜੇ ਸਟੂਡੈਂਟ ਜਾਂਦਾ ਸਕੂਲ ਦੇ ਵਿੱਚ ਉਹ ਵੈਸਟਰਨਾਈਜ਼ਡ ਹੁੰਦਾ, ਚਾਹੇ ਉਹਨੂੰ ਘਰ ਦੇ ਵਿੱਚ ਜਿੰਨੀ ਮਰਜ਼ੀ ਵੈਲਿਊ ਮਿਲਣ ਉਹ ਗੱਲ ਨਹੀਂ ਬਣਦੀ, ਫਿਰ ਵੀ ਉਹ ਕੁਛ ਹੱਦ ਤੱਕ ਉਹ ਕਈ ਚੀਜ਼ਾਂ ਜਿਹੜੀਆਂ ਸਾਨੂੰ ਉਹ ਇੰਡੀਆ ਦੇ ਵਿੱਚੋਂ ਜਾ ਕੇ ਮਿਲਣੀਆਂ। ਉਹ ਜਿਹੜਾ ਸਕੂਲ ਆ ਉੱਥੇ ਦਾ ਮਾਹੌਲ ਨੇ, ਐਟਮੋਸਫੀਅਰ ਹੈ ਬਹੁਤ ਵਧੀਆ, ਟੀਚਰ ਬਹੁਤ ਵਧੀਆ, ਫਿਰ ਉਹਨਾਂ ਨੂੰ ਜਵਾਕਾਂ ਨੂੰ ਗੱਲਬਾਤ ਕਰਨ ਦਾ ਢੰਗ ਆਉਂਦਾ ਵੀ ਅਸੀਂ ਲੋਕਾਂ ਨਾਲ ਉੱਥੇ ਦੇ ਇੰਡੀਆ ਦੇ ਜਵਾਕਾਂ ਨੇ, ਕਿਉਂਕਿ ਇੰਡੀਆ ਦੇ ਜਵਾਕ ਥੋੜ੍ਹੇ ਜਿਹੇ ਜ਼ਿਆਦਾ ਚਲਾਕ ਨੇ ਇੱਥੇ ਦੇ ਜਵਾਕਾਂ ਨਾਲ। ਉਹ ਜਦੋਂ ਇੱਥੇ ਦੇ ਜਵਾਕ ਉਹਨਾਂ ਨਾਲ ਜਾਂਦੇ ਨਾਲ ਕੇ ਮਿਲਦੇ ਹੈ, ਇਹਨਾਂ ਨੂੰ ਬਹੁਤ ਕੁਛ ਸਿੱਖਣ ਨੂੰ ਮਿਲਦਾ ਉਹ ਜੀ ਕਿ ਰੀਅਲ ਲਾਈਫ ਦੇ ਵਿੱਚ ਜਦੋਂ ਤੁਸੀਂ ਗਾਹਾਂ ਨੌਕਰੀਆਂ ਕਰਨੀਆਂ ਨੇ, ਕਿਉਂਕਿ ਤਾਂ ਹੀ ਕਹਿੰਦੇ ਨੇ ਜਦੋਂ ਇੰਡੀਆ ਤੋਂ ਜਿਹੜੇ ਜਵਾਕ ਉਰੇ ਆਉਂਦੇ ਨੇ ਜਦੋਂ ਜੋਬ ਲੈਂਦੇ ਨੇ ਉਹ ਥੋੜ੍ਹੇ ਜਿਹੇ ਜ਼ਿਆਦਾ ਕਹਿੰਦੇ ਲੋਕ ਸਮਾਰਟ ਨੇ ਆਪਣੇ, ਉਹ ਕਹਿੰਦੇ ਨੇ ਜਿਹੜੇ ਆਪਣੇ ਉਰੇ ਦੇ ਜਵਾਕ ਨੇ ਉਹ ਕਹਿੰਦੇ ਵੀ ਗੋਰਿਆਂ ਵਰਗੇ ਨੇ ਜੀ, ਉਹ ਇਸੇ ਕਰਕੇ ਕਹਿੰਦੇ ਨੇ ਵੀ ਉਹ ਗੋਰਿਆਂ ਵਰਗਿਆਂ ਨੇ, ਕਿਉਂਕਿ ਉਹ ਇਹੋ ਜਿਹੇ ਇਨਵਾਇਰਮੈਂਟ ਜਦੋਂ ਉੱਥੇ ਜਾਂਦੇ ਨੇ ਇਹ ਮਿਕਸ ਹੁੰਦੇ ਨੇ ਉਹਨਾਂ ਦੇ ਵਿੱਚ, ਇਹਨਾਂ ਨੂੰ ਕਾਫੀ ਕੁਛ ਉੱਥੋਂ ਸਿੱਖਣ ਨੂੰ ਮਿਲਦਾ। ਇੱਕ ਤਾਂ ਜਦੋਂ ਵਾਹਿਗੁਰੂ ਦੇ ਨਾਲ ਜੁੜਦੇ ਨੇ ਉਹ ਇਹਨਾਂ ਦੇ ਵਾਸਤੇ ਜ਼ਿੰਦਗੀ ਦੇ ਵਿੱਚ ਇਹਨਾਂ ਨੂੰ ਕਦੇ ਕੋਈ ਪ੍ਰੋਬਲਮ ਨਹੀਂ ਆਉਂਦੀ, ਜਿਹੜਾ ਇੱਕ ਵਾਰੀ ਪਰਮਾਤਮਾ ਨਾਲ ਮਿਲ ਗਿਆ ਉਹਨੂੰ ਸਟਰੈਂਥ ਆਪੇ ਆਉਣੀ ਆ। ਜਦੋਂ ਵਾਹਿਗੁਰੂ ਬੰਦੇ ਨੂੰ ਅਰਦਾਸ ਕਰਨੀ ਆ ਗਈ ਵੀ ਕਿਵੇਂ ਕਰਨੀ ਹੈ ਪਰਮਾਤਮਾ ਅੱਗੇ, ਉਹਨੂੰ ਕਦੇ ਵੀ ਤਕਲੀਫ ਨਹੀਂ ਆਉਣੀ। ਮਾਂ ਪਿਓ ਨੇ ਹਮੇਸ਼ਾ ਤਾਂ ਨਾਲ ਹੀ ਰਹਿਣਾ, ਸਿਖਾਉਣਾ ਵੀ ਆਹ ਕਰਨਾ, ਇਹ ਪਰਮਾਤਮਾ ਉਹਨਾਂ ਦੇ ਨਾਲ ਹੈ। ਇਸ ਕਰਕੇ ਜਦੋਂ ਉੱਥੇ ਜਾਂਦੇ ਨੇ ਵਾਹਿਗੁਰੂ ਉਹਨਾਂ ਨੂੰ ਉਹ ਬਾਬਾ ਜੀ ਨੇ ਸਕੂਲ ਦਾ ਜੋ ਪ੍ਰੋਗਰਾਮ ਬਣਾਇਆ ਉੱਥੇ A to Z ਤੱਕ ਉਹਨਾਂ ਨੂੰ ਸਿਖਾਉਂਦੇ ਨੇ ਹਰੇਕ ਚੀਜ਼ ਕਿਵੇਂ ਤੁਸੀਂ ਲਾਈਫ ਦੇ ਵਿੱਚ ਸਕਸੈਸਫੁਲ ਹੋਣਾ, ਉਹ ਉਹਨਾਂ ਨੇ ਸਕਸੈਸਫੁਲ ਹੋਣਾ ਹੀ ਹੋਣਾ। ਉਹ ਬਾਬਾ ਜੀ ਬਹੁਤ ਵਧੀਆ ਉਪਰਾਲਾ ਕਰ ਰਹੇ ਨੇ, ਕਿਉਂਕਿ ਹੋਰ ਕੋਈ ਸੰਸਥਾ ਇਹੋ ਜਿਹੀ ਹੈ ਨਹੀਂ ਜਿਹੜੀ ਉਹ ਉੱਥੇ ਕਰ ਰਹੀ ਹੋਵੇ, ਕਿਉਂਕਿ ਕਈਆਂ ਨੇ ਆਏ ਨੇ ਲੋਕਾਂ ਨੇ ਪੈਸੇ ਇਕੱਠੇ ਕਰਕੇ ਚਲੇ ਗਏ, ਕਿਸੇ ਨੇ ਆਉਂਦੇ ਨੇ ਹਮੇਸ਼ਾ ਪੈਸੇ ਇਕੱਠੇ ਕਰਨ ਆਉਂਦੇ ਨੇ ਬਹੁਤ ਵੀ ਅਸੀਂ ਸਕੂਲ ਖੋਲ੍ਹਿਆ, ਕਿਸੇ ਨੇ ਇੱਕ ਖੋਲ੍ਹਿਆ, ਕਿਸੇ ਨੇ ਦੋ ਖੋਲ੍ਹੇ ਨੇ, ਪਰ ਕਿਸੇ ਨੇ ਕਦੇ ਇਹ ਨਹੀਂ ਲੋਕਾਂ ਨੇ ਇਹ ਦੇਖ ਕੇ ਖੋਲ੍ਹਿਆ ਵੀ ਚੱਲ ਠੀਕ ਆ ਵੀ ਇਨਕਮ ਦਾ ਸੋਰਸ ਕਰਕੇ ਖੋਲ੍ਹੇ ਨੇ, ਪਰ ਬਾਬਾ ਜੀ ਨੇ ਇਹ ਗੱਲ ਨਹੀਂ ਰੱਖੀ। ਬਾਬਾ ਜੀ ਨੇ ਰੱਖਿਆ ਵੀ ਲੋਕਾਂ ਨੂੰ ਵੱਧ ਤੋਂ ਵੱਧ ਪੜ੍ਹਾਈ ਕਿਵੇਂ ਕੀਤੀ ਜਾ ਸਕੇ, ਵੀ ਲੋਕ ਵੱਧ ਤੋਂ ਵੱਧ ਕਿੱਥੇ ਜ਼ਰੂਰਤ ਆ ਉੱਥੇ ਖੋਲ੍ਹੇ, ਐਂ ਨਹੀਂ ਵੀ ਜਿੱਥੇ ਠੀਕ ਹੈ ਆਲਰੇਡੀ ਸਕੂਲ ਹੈਗੇ ਨੇ ਉੱਥੇ ਖੋਲ੍ਹਦੇ ਆ। ਉਹਨਾਂ ਨੇ ਉਹ ਲੋਕਾਂ ਵਾਸਤੇ ਐਜੂਕੇਸ਼ਨ ਵਾਸਤੇ ਕੰਮ ਕੀਤਾ ਜਿਨ੍ਹਾਂ ਨੂੰ ਜ਼ਿਆਦਾ ਜ਼ਰੂਰਤ ਹੈ, ਜਿਹੜੇ ਲੋਕਾਂ ਨੂੰ ਜ਼ਿਆਦਾ ਜ਼ਰੂਰਤ ਹੈ ਉਹਨੂੰ ਜ਼ਰੂਰਤ ਪੂਰਨ ਕਰਨ ਵਾਸਤੇ ਹੀ ਬਾਬਾ ਜੀ ਨੇ ਸਕੂਲ ਹੋਰ ਖੋਲ੍ਹੇ ਨੇ ਅਤੇ ਹੋਰ ਖੋਲ੍ਹਣੇ ਨੇ। ਉਹਨਾਂ ਨੂੰ ਖੋਲ੍ਹਣ ਵਾਸਤੇ ਸੰਗਤਾਂ ਨੂੰ ਜਿਹੜੇ ਵੀ ਲੋਕ ਬਾਹਰ ਰਹਿੰਦੇ ਉਹਨਾਂ ਨੂੰ ਵੱਧ ਤੋਂ ਵੱਧ ਪੈਸੇ ਜਿੰਨੇ ਉਹ ਦਾਨ ਕਰ ਸਕਦੇ ਨੇ ਸਕੂਲ ਖੋਲ੍ਹਣ ਵਾਸਤੇ ਉਹਨਾਂ ਨੂੰ ਚਾਹੀਦਾ। ਮੈਂ ਤਾਂ ਸਾਰੇ ਲੋਕਾਂ ਨੂੰ ਇਹੀ ਅਪੀਲ ਕਰੂੰਗਾ ਵੀ ਬਾਬਾ ਜੀ ਜੋ ਕੰਮ ਕਰ ਰਹੇ ਨੇ ਇਹ ਬਹੁਤ ਹੀ ਮੁਸ਼ਕਲ ਆ, ਇਹ 90 ਸਾਲ ਦੀ ਉਮਰ ਤੱਕ ਬਾਬਾ ਜੀ ਨੇ ਇਹ ਕੰਮ ਕਰ ਰਹੇ ਨੇ ਕਿ ਹੁਣ ਕਿਉਂਕਿ ਹੋਰ ਬੰਦਿਆਂ ਨੂੰ ਨਾਲ ਜੁੜਨਾ ਚਾਹੀਦਾ ਤਾਂ ਕਿ ਉਹਨਾਂ ਦੀ ਹੋਰ ਹੈਲਪ ਹੋ ਸਕੇ ਜੀ। ਇੱਥੇ ਆਪਾਂ ਇੱਕ ਛੋਟੀ ਜਿਹੀ ਬ੍ਰੇਕ ਲਈ ਪੌਜ਼ ਕਰਾਂਗੇ, ਬਿਕੋਜ਼ ਤੁਹਾਡੀ ਇਹ ਗੱਲ ਮੈਨੂੰ ਬੜੀ ਵਧੀਆ ਲੱਗੀ। ਅਗਰ ਤੁਸੀਂ ਦੇਣ ਕਰਨਾ ਹੈ ਆਪਣੀ ਕਨਵੀਨੀਅੰਸ 'ਤੇ ਨਹੀਂ, ਉਹ ਦੇਣ ਹੋਣਾ ਚਾਹੀਦਾ, ਜਿੱਥੇ ਲੋੜ ਹੈ ਉੱਥੇ ਹੋਣਾ ਚਾਹੀਦਾ। ਇੱਕ ਛੋਟੀ ਜਿਹੀ ਬ੍ਰੇਕ ਆਪਾਂ ਇੱਥੇ ਲੈਂਦੇ ਹਾਂ, ਸਟੇ ਟਿਊਨ, ਵੀ ਵਿਲ ਬੀ ਰਾਈਟ। ਬ੍ਰੇਕ ਤੋਂ ਬਾਅਦ ਆਪਾਂ ਫਿਰ ਹਾਜ਼ਰ ਹੋਏ ਹਾਂ ਤੁਹਾਡੇ ਨਾਲ ਗੱਲ ਕਰ ਰਹੇ ਹਾਂ ਬੜੂ ਸਾਹਿਬ ਅਕਾਲ ਅਕੈਡਮੀਜ਼ ਦੇ ਬਾਰੇ। ਅਤੇ ਮੈਂ ਬੈਠੀ ਹਾਂ ਇਸ ਪਰਿਵਾਰ ਨਾਲ ਲਾਸ ਵੇਗਸ ਵਿੱਚ, ਜਿਨ੍ਹਾਂ ਨੇ ਆਪਣਾ ਟਾਈਮ ਅਤੇ ਆਪਣੇ ਰੀਸੋਰਸਿਸ ਦਿੱਤੇ। ਪ੍ਰਿਤਪਾਲ ਜੀ, ਆਪਾਂ ਜਦੋਂ ਕਿਸੇ ਵੀ ਚੈਰੀਟੇਬਲ ਔਰਗਨਾਈਜੇਸ਼ਨ ਦੀ ਗੱਲ ਕਰਦੇ ਹਾਂ, ਆਪਾਂ ਸੋਚਦੇ ਹਾਂ ਕਿ ਆਪਾਂ ਉਹਨਾਂ ਨੂੰ ਇਹ ਦਿੱਤਾ, ਇਹ ਚੈਰਿਟੀ ਇਹ ਕੰਮ ਕਰ ਰਹੀ ਹੈ, ਬਟ ਬੜੂ ਸਾਹਿਬ ਇੱਕ ਇੱਦਾਂ ਦੀ ਔਰਗਨਾਈਜੇਸ਼ਨ ਹੈਗੀ ਜਿਹਦੇ ਨਾਲ ਜੁੜ ਕੇ ਜੋ ਲੋਕ ਜਿਨ੍ਹਾਂ ਨੇ ਦੇਣ ਕੀਤਾ ਉਹਨਾਂ ਨੂੰ ਵਾਪਸ ਵੀ ਮਿਲਿਆ।
ਤੁਸੀਂ ਮੈਨੂੰ ਥੋੜ੍ਹਾ ਜਿਹਾ ਦੱਸੋ ਕਿ ਉਹਨਾਂ ਦੇ ਨਾਲ ਜੁੜ ਕੇ ਇਸ ਸੰਸਥਾ ਨਾਲ ਇਨਵੋਲਵ ਹੋ ਕੇ ਤੁਹਾਡੀ ਕਿੱਦਾਂ ਲਾਈਫ ਚੇਂਜ ਹੋਈ? ਜਦੋਂ ਅਸੀਂ ਉਹਨਾਂ ਨੂੰ ਮਿਲਿਆ ਜੀ, ਪਹਿਲਾਂ ਅਸੀਂ ਜਦੋਂ ਅਮਰੀਕਾ ਦੇ ਵਿੱਚ ਰਹਿੰਦੇ ਸੀਗੇ, ਪਹਿਲਾਂ ਅਸੀਂ ਕਲੀਨ ਸ਼ੇਵ ਹੁੰਦੇ ਸੀ। ਉਹਨਾਂ ਦੇ ਨਾਲ ਜਦੋਂ ਸਾਡੇ ਸੰਪਰਕ ਹੋਣੇ ਸ਼ੁਰੂ ਹੋਏ, ਫਿਰ ਅਸੀਂ ਆਪਣੇ ਆਪ ਨੂੰ ਅਸੀਂ ਰੂਪ ਵੀ ਆਪਣਾ ਚੇਂਜ ਕਰਨਾ ਸ਼ੁਰੂ ਕੀਤਾ। ਫਿਰ ਪਿਛਲੇ 10 ਸਾਲ ਤੋਂ ਅਸੀਂ ਆਪਣਾ ਸਰੂਪ ਚੇਂਜ ਕਰ ਲਿਆ, ਇਹ ਵੀ ਉਹਨਾਂ ਦੀ ਦੇਣ ਹੈ। ਬਾਕੀ ਹੋਰ ਸਾਨੂੰ ਇਹ ਮਨ ਨੂੰ ਇਹ ਵੀ ਸ਼ਾਂਤੀ ਰਹਿੰਦੀ ਆ ਵੀ ਜਦੋਂ ਉਹ ਇੰਨਾ ਉਪਰਾਲੇ ਕਰਦੇ ਨੇ ਵੀ ਅਸੀਂ ਵੀ ਇੱਥੋਂ ਲੋਕਾਂ ਨੂੰ ਕਹੀਏ ਵੀ ਭਾਈ ਇਹ ਜਦੋਂ ਆਉਂਦੇ ਨੇ ਸਾਲ 2 ਸਾਲ ਬਾਅਦ ਆਉਂਦੇ ਨੇ ਵੀ ਭਾਈ ਹੈਲਪ ਕਰਿਆ ਕਰੋ, ਉੱਥੇ ਜ਼ਰੂਰਤ ਹੈ। ਕਿਉਂਕਿ ਇੰਡੀਆ ਦੇ ਵਿੱਚ ਹਾਲਾਤ ਇੰਨੇ ਮਾੜੇ ਨੇ, ਲੋਕ ਸੁਸਾਈਡ ਕਰਕੇ ਮਰਦੇ ਨੇ ਉੱਥੇ। ਫਿਰ ਹੁਣ ਜਿਹੜੇ ਜਵਾਕ ਨੇ ਉਹਨਾਂ ਦੇ, ਉਹਨਾਂ ਨੂੰ ਬਾਬਾ ਜੀ ਨੇ ਉਪਰਾਲਾ ਕੀਤਾ ਹੈ ਵੀ ਉਹਨਾਂ ਨੂੰ ਫਰੀ ਐਜੂਕੇਸ਼ਨ ਦਿੱਤੀ ਜਾਂਦੀ ਹੈ ਉੱਥੇ ਸਕੂਲਾਂ ਦੇ ਵਿੱਚ। ਇਹ ਬਹੁਤ ਵੱਡੀ ਗੱਲ ਹੈ, ਕਿਉਂਕਿ ਆਮ ਹੁਣ ਸੰਸਥਾ ਤਾਂ ਉੱਥੇ ਕੋਈ ਗੌਰਮੈਂਟ ਨਹੀਂ ਪੁੱਛਦੀ, ਇੱਕ ਦਿਨ ਜਾ ਕੇ ਉੱਥੇ ਤੁਹਾਨੂੰ ਪੁੱਛ ਲੈਣਗੇ, ਦੂਏ ਦਿਨ ਉੱਥੇ ਤੁਹਾਨੂੰ ਕੋਈ ਪੁੱਛਦਾ ਨਹੀਂ ਗਾ। ਬਾਬਾ ਜੀ ਨੇ ਪਰਮਾਨੈਂਟ ਉਹਨਾਂ ਵਾਸਤੇ, ਕੋਈ ਗ੍ਰੰਥੀ ਸਿੰਘ ਨੇ, ਕੋਈ ਜਿਨ੍ਹਾਂ ਦੇ ਜਿਹਨੂੰ 4-5 ਹਜ਼ਾਰ ਰੁਪਏ ਦੀ ਆਮਦਨ ਗੁਰੂ ਘਰ ਦੇ ਵਿੱਚ ਲੱਗਿਆ ਹੈ, ਉਹਨਾਂ ਦੇ ਜਵਾਕਾਂ ਨੂੰ ਫਰੀ ਸਕੂਲ ਦੇ ਵਿੱਚ ਐਜੂਕੇਸ਼ਨ ਹੈ। ਬਾਬਾ ਜੀ ਬਹੁਤ ਉਪਰਾਲੇ ਕਰਦੇ ਨੇ, ਹੁਣ ਸਾਡਾ ਫਰਜ਼ ਬਣਦਾ ਹੈ ਵੀ ਕਿ ਅਸੀਂ ਵੱਧ ਤੋਂ ਵੱਧ ਉਹਨਾਂ ਦੇ ਨਾਲ ਲੱਗੀਏ ਅਤੇ ਉਹਨਾਂ ਦੀ ਸੇਵਾ ਕਰੀਏ ਅਤੇ ਕਿ ਹੋਰ ਲੋਕਾਂ ਨੂੰ ਪ੍ਰੇਰਣਾ ਦੇਈਏ ਵੀ ਭਾਈ ਵੱਧ ਤੋਂ ਵੱਧ ਸੇਵਾ ਕਰੋ। ਬਾਬਾ ਜੀ ਨੇ ਯੂਨੀਵਰਸਿਟੀ ਬਣਾਈਆਂ 2, ਹੁਣ ਅਕਾਲ ਅਕੈਡਮੀ ਨੇ ਦੇ 138 ਸਕੂਲ ਹੋ ਗਏ। ਜਦੋਂ ਅਸੀਂ ਸ਼ੁਰੂ ਕੀਤਾ ਸੀ ਉਹਨਾਂ ਨਾਲ, ਮੈਨੂੰ ਲੱਗਦਾ 50 ਜਾਂ 60 ਅਕੈਡਮੀਆਂ ਸੀਗੀਆਂ, ਹੁਣ 139 ਅਕੈਡਮੀਆਂ ਨੇ। ਉਹ ਸਾਰੀਆਂ ਰੂਰਲ ਏਰੀਆ ਦੇ ਵਿੱਚ ਨੇ, ਸ਼ਹਿਰ ਦੇ ਵਿੱਚ ਕੋਈ ਨਹੀਂ ਹੈ। ਉਹਦਾ ਹੁਣ ਇੰਡੀਆ ਦੀ ਜਿਹੜੀ ਪੰਜਾਬ ਦੀ ਪਾਪੂਲੇਸ਼ਨ ਆ, ਉਹ 70% ਲੋਕ ਜਿਹੜੇ ਉਹ ਪਿੰਡਾਂ ਦੇ ਵਿੱਚ ਰਹਿੰਦੇ ਨੇ। ਉਹਨਾਂ ਦਾ ਹੁਣ ਬੈਨੀਫਿਟ ਸਾਰਾ ਪਿੰਡਾਂ ਦੇ ਲੋਕਾਂ ਨੂੰ ਆ, ਉਹਨਾਂ ਨੂੰ ਬੱਸਾਂ ਲੈ ਕੇ ਜਾਂਦੀਆਂ ਨੇ। ਕੋਈ ਉੱਥੇ ਕੋਈ ਇਹ ਨਹੀਂ ਹੈ ਕਿਸੇ ਮਾਂ ਪਿਓ ਨੂੰ ਆਪਣਾ ਕੰਮ ਛੱਡ ਕੇ ਸਕੂਲ ਜਾਣਾ ਪੈਂਦਾ, ਉਹਨਾਂ ਵਾਸਤੇ ਬੱਸਾਂ ਲੱਗੀਆਂ ਹੋਈਆਂ ਸਪੈਸ਼ਲ, ਉਹਨਾਂ ਨੂੰ ਸਕੂਲ ਲੈ ਕੇ ਜਾਂਦੀਆਂ, ਸਕੂਲ ਛੱਡ ਕੇ ਜਾਂਦੀਆਂ ਨੇ। ਸਿਕਿਉਰਟੀ ਆ ਪੂਰੀ ਹਰੇਕ ਚੀਜ਼ ਦੀ ਜੀ। ਅਤੇ ਕਮਲ ਜੀ, ਤੁਸੀਂ ਮੈਨੂੰ ਕਹਿ ਰਹੇ ਸੀ ਕਿ ਇਹ ਆਪਣੇ ਜੋ ਬੱਚੇ ਹੈਗੇ, ਇਹ ਕਿਸਾਨਾਂ ਦੇ ਬੱਚੇ ਹੈਗੇ ਜਿਨ੍ਹਾਂ ਨੂੰ ਸਭ ਤੋਂ ਜ਼ਿਆਦਾ ਬੈਨੀਫਿਟ ਹੋ ਰਿਹਾ ਇਨ ਏਰੀਆਜ਼ ਵਿੱਚ, ਥੋੜ੍ਹਾ ਜਿਹਾ ਹੋਰ ਦੱਸੋ ਸਾਨੂੰ ਇਸ ਬਾਰੇ। ਕਿਉਂਕਿ ਮੇਰਾ ਸੋਚਣਾ ਵੀ ਜਿਹੜੇ ਆਪਣੇ ਇੰਡੀਆ ਦੇ ਵਿੱਚ ਜਿਹੜੇ ਕਿਸਾਨ ਵੀਰ ਨੇ, ਉਹ ਪਹਿਲਾਂ ਤਾਂ ਆਪ ਵਿਚਾਰੇ ਇਹ ਜ਼ਰੂਰ ਹੈਗੇ ਆ ਵੀ ਜੋ ਪੜ੍ਹੇ ਲਿਖੇ ਵੀਰ ਨੇ ਤਾਂ ਬਹੁਤ ਘੱਟ ਪੜ੍ਹੇ ਲਿਖੇ, ਉਹਨਾਂ ਨੂੰ ਐਜੂਕੇਸ਼ਨ ਦੇ ਬਾਰੇ ਇੰਨੀ ਕੋਈ ਇਨਫੋਰਮੇਸ਼ਨ ਨਹੀਂ ਹੈਗੀ। ਅਤੇ ਕਿਉਂਕਿ ਉਹਨਾਂ ਦਾ ਜਿਹੜਾ ਉਹ ਪਿੰਡ ਤੱਕ ਹੀ ਸੀਮਤ ਨੇ ਜਾਂ ਫਿਰ ਉਹ ਮੰਡੀਆਂ ਤੱਕ ਸੀਮਤ ਨੇ, ਕਿ ਉਹਨਾਂ ਨੂੰ ਕੋਈ ਐਜੂਕੇਸ਼ਨ ਨਹੀਂ, ਇਸ ਕਰਕੇ ਉਹਨਾਂ ਦਾ ਗਾਹਾਂ ਆਪਣੇ ਬੱਚਿਆਂ ਨੂੰ ਗਾਈਡ ਕਰਨ ਵਾਲਾ ਕੋਈ ਨਹੀਂ ਸੀਗਾ। ਅਤੇ ਹੁਣ ਜਿਸ ਤਰ੍ਹਾਂ ਅਕਾਲ ਅਕੈਡਮੀ ਵਾਲੇ ਸਕੂਲ ਖੋਲ੍ਹ ਰਹੇ ਨੇ ਤਾਂ ਬੱਚਿਆਂ ਨੂੰ ਇਹ ਪਿੰਡਾਂ 'ਚ ਜਾਂਦੇ ਨੇ, ਉਹਨਾਂ ਨੂੰ ਇਨਫੋਰਮੇਸ਼ਨ ਦਿੰਦੇ ਨੇ, ਤਾਂ ਨੈਚੁਰਲੀ ਉਹਨਾਂ ਨੂੰ ਵੀ ਥੋੜ੍ਹਾ ਪਤਾ ਲੱਗਦਾ ਆ ਵੀ ਅਸੀਂ ਆਪਣੇ ਬੱਚਿਆਂ ਨੂੰ ਪੜ੍ਹਾਉਣਾ ਔਰ ਇਹਦੇ ਗਾਹਾਂ ਸਾਨੂੰ ਕੀ ਫਾਇਦੇ ਹੋ ਸਕਦੇ ਆ। ਇਹੀ ਨਹੀਂ ਵੀ ਬੱਚੇ ਪੜ੍ਹ ਲਿਖ ਕੇ ਤਾਂ ਜੀ ਸ਼ਹਿਰ ਚਲੇ ਜਾਣਗੇ, ਨਹੀਂ, ਉਹਨਾਂ ਦੀ ਹੈਲਪ ਵੀ ਕਰਨਗੇ, ਖੇਤੀ ਦੇ ਵਿੱਚ ਵੀ ਐਜੂਕੇਸ਼ਨ ਦੀ ਬਹੁਤ ਜ਼ਰੂਰਤ ਹੈ। ਤੋ ਇਸ ਕਰਕੇ ਅਕਾਲ ਅਕੈਡਮੀ ਜਿਹੜੀ ਕੰਮ ਕਰ ਰਹੀ ਹੈ ਪਿੰਡਾਂ ਦੇ ਵਿੱਚ, ਜਿਹੜੇ ਸਕੂਲ ਕਿਸਾਨ ਵੀਰਾਂ ਦੇ ਲਈ ਖੋਲ੍ਹ ਲਈ ਹੈ ਬੱਚਿਆਂ ਦੇ ਲਈ, ਇਹ ਮੇਰਾ ਖਿਆਲ ਆ ਵੀ ਸਭ ਤੋਂ ਵੱਡਾ ਪੁਆਇੰਟ ਆ ਉਹਨਾਂ ਦਾ, ਔਰ ਅਸੀਂ ਇਸ ਚੀਜ਼ ਨੂੰ ਫੁੱਲੀ ਸਪੋਰਟ ਕਰਦੇ ਹਾਂ। ਕਿਉਂਕਿ ਮੈਂ ਸਭ ਤੋਂ ਜਗ੍ਹਾ 'ਤੇ ਇਹੀ ਦੇਖਦੀ ਹਾਂ ਕਿ ਸਭ ਤੋਂ ਜਗ੍ਹਾ ਜਿੱਥੇ ਵੀ ਹਰਟ ਹੁੰਦਾ ਆ ਆਪਣਾ ਕਿਸਾਨ ਵੀਰ ਹਰਟ ਹੁੰਦਾ ਆ, ਔਰ ਉਹਦੀ ਹੈਲਪ ਕਰਨਾ ਸਾਰਿਆਂ ਦਾ ਫਰਜ਼ ਬਣਦਾ ਆ। ਅਤੇ ਇਹ ਵੀ ਗੱਲ ਕਹੀ ਜਾਂਦੀ ਹੈ ਦੈਟ ਜੋ ਬੱਚੇ ਸਕੂਲ ਵਿੱਚ ਸਿੱਖਦੇ ਆ, ਪੜ੍ਹਦੇ ਆ, ਉਹਨਾਂ ਨੂੰ ਨਾ ਕਿ ਸਿਰਫ ਪੜ੍ਹਾਈ ਅਤੇ ਸਿੱਖੀ ਦਾ ਪ੍ਰਚਾਰ ਉਹਨਾਂ ਨੂੰ ਹੋ ਰਿਹਾ, ਉਹਨਾਂ ਨੂੰ ਜਿੱਦਾਂ ਕਹਿ ਲਓ ਹਾਊ ਟੂ ਬੀ ਅ ਬੈਟਰ ਪਰਸਨ ਸਿਖਾਇਆ ਜਾ ਰਿਹਾ, ਐਂਡ ਉਹ ਟੀਚਿੰਗਸ ਲੈ ਕੇ ਆਪਣੇ ਮਾਂ ਬਾਪ ਨੂੰ ਸਿਖਾ ਰਹੇ ਉਲਟਾ, ਕਿ ਉਹ ਆ ਕੇ ਆਪਣੇ ਕੁਛ ਸਟੋਰੀਆਂ ਹੈਗੀ ਕਿ ਕੁਛ ਬੱਚਿਆਂ ਦੇ ਮਾਂ ਬਾਪ ਲਾਈਕ ਸ਼ਰਾਬ ਵਿੱਚ ਪੈਸੇ ਲੁੱਟਦੇ ਸੀ ਅਤੇ ਉਹਨਾਂ ਦੇ ਬੱਚੇ ਉਹਨਾਂ ਨੂੰ ਆ ਕੇ ਕਹਿ ਰਹੇ ਕਿ ਨਹੀਂ ਇਹ ਇੱਦਾਂ ਨਹੀਂ ਆਪਾਂ ਰਹਿ ਸਕਦੇ। ਮੈਂ ਇਸ ਗੱਲ ਦੇ ਨਾਲ ਸਹੀ ਗੱਲ ਸਹਿਮਤ ਹਾਂ, ਕਿਉਂਕਿ ਸਾਡੇ ਫੈਮਿਲੀ ਦੇ ਵਿੱਚ ਇੱਕ ਇੰਡੀਆ ਦੇ ਵਿੱਚ ਰੈਲੇਟਿਵ ਨੇ ਸਾਡੇ, ਉਹਨਾਂ ਦੇ ਉਹ ਬੱਚਾ ਹੁਣ ਕਾਲਜ ਦੇ ਵਿੱਚ ਇੰਜੀਨੀਅਰ ਕਰ ਚੁੱਕਾ ਆ ਔਰ ਉਹ ਅੰਮ੍ਰਿਤਧਾਰੀ ਆ। ਡੈਡ ਉਹਦਾ ਬਹੁਤ ਸ਼ਰਾਬ ਪੀਂਦਾ ਸੀ, ਹੁਣ ਪੀਂਦਾ ਆ, ਘੱਟ ਪੀਂਦਾ ਆ, ਜੋਬ ਕਰਦਾ ਆ ਸਟਿਲ, ਬਟ ਮੈਂ ਵੀ ਹੈਡ ਆਫ ਟੂ ਦੈਟ ਬੋਆਏ ਕਿ ਉਹਨੇ ਅੰਮ੍ਰਿਤ ਛਕਿਆ ਹੋਇਆ ਔਰ ਉਹ ਇੰਜੀਨੀਅਰ ਆਲਰੇਡੀ ਇੰਜੀਨੀਅਰਿੰਗ ਦੇ ਕਾਲਜ ਉਹ ਕਰ ਚੁੱਕਿਆ ਆ।
ਅਤੇ ਹੁਣ ਜੇ ਬੱਚਿਆਂ ਨੂੰ ਅਸੀਂ ਨੈਚੁਰਲੀ ਉੱਥੇ ਪੜ੍ਹਾਵਾਂਗੇ, ਜਿਵੇਂ ਹੁਣ ਬੜੂ ਸਾਹਿਬ ਜਾਂਦੇ ਨੇ ਬੱਚੇ ਅਕਾਲ ਅਕੈਡਮੀ ਦੇ ਵਿੱਚ ਜਾਂਦੇ ਨੇ, ਤਾਂ ਉੱਥੇ ਜਦੋਂ ਉਹਨਾਂ ਨੂੰ ਐਜੂਕੇਸ਼ਨ ਦਿੱਤੀ ਜਾਂਦੀ ਆ, ਨਾਲ ਦੀ ਨਾਲ ਉਹਨਾਂ ਨੂੰ ਇੱਕ ਧਾਰਮਿਕ ਚੀਜ਼ਾਂ ਬਾਰੇ ਵੀ ਦੱਸਿਆ ਜਾਂਦਾ, ਔਰ ਬੱਚੇ ਜਦੋਂ ਉੱਥੋਂ ਸਿੱਖਦੇ ਨੇ ਜਾਂਦੇ ਨੇ ਤਾਂ ਬੱਚੇ ਫਿਰ ਨੈਚੁਰਲੀ ਘਰ ਜਾ ਕੇ ਉਹ ਆਪਣੇ ਮਾਂ ਬਾਪ ਨੂੰ ਜ਼ਰੂਰ ਇਸ ਚੀਜ਼ਾਂ ਬਾਰੇ ਦੱਸਦੇ ਨੇ ਵੀ ਕਿਹੜੀਆਂ ਕਿਹੜੀਆਂ ਚੀਜ਼ਾਂ ਸਾਡੀ ਫੈਮਿਲੀ ਲਈ ਮਾੜੀਆਂ ਔਰ ਸਾਨੂੰ ਅਗਾਂਹ ਵਧਣ ਤੋਂ ਰੋਕ ਰਹੀਆਂ ਨੇ ਜੀ, ਔਰ ਅਸੀਂ ਉਹਨਾਂ ਚੀਜ਼ਾਂ ਦਾ ਖਾਤਮਾ ਕਰਨਾ ਆ, ਅਤੇ ਜਾਗਰੂਕਤਾ ਹੋਣੀ ਬਹੁਤ ਜ਼ਰੂਰੀ ਆ, ਔਰ ਬੱਚੇ ਉਹ ਆਈ ਥਿੰਕ ਥੰਮ ਨੇ ਹੁਣ ਉਹ ਜਿਹੜੇ ਉਸ ਜਾਗਰੂਕਤਾ ਨੂੰ ਲਿਆ ਰਹੇ ਨੇ। ਸੋ ਤੁਸੀਂ ਇੱਦਾਂ ਵੀ ਕਹਿ ਸਕਦੇ ਹੋ ਕਿ ਅਕੈਡਮੀਆਂ ਵਿੱਚ ਤਾਂ ਬੱਚੇ ਪੜ੍ਹ ਰਹੇ ਆ, ਬਟ ਜੋ ਐਜੂਕੇਸ਼ਨ ਹੋ ਰਹੀ ਹੈ ਉਹ ਫੈਮਿਲੀ ਦੀ ਐਜੂਕੇਸ਼ਨ ਹੋ ਰਹੀ ਹੈ ਅਕਾਲ ਅਕੈਡਮੀ ਦੇ ਥਰੂ। ਜੀ ਜੀ, ਅਤੇ ਜੋ ਬੱਚੇ ਆਪਣਾ ਇੱਥੋਂ ਯੂ ਐੱਸ ਏ, ਕੈਨੇਡਾ, ਯੂ ਕੇ ਕਹਿ ਲਓ, ਉੱਥੇ ਜਾ ਕੇ ਪੜ੍ਹਦੇ ਆ, ਜਦੋਂ ਉਹ ਵਾਪਸ ਆਉਂਦੇ ਆ, ਉਹਨਾਂ ਦਾ ਕਿੱਦਾਂ ਦਾ ਇਨਫਲੂਐਂਸ ਹੁੰਦਾ ਹੈ ਆਪਣੀ ਫੈਮਿਲੀਜ਼ 'ਤੇ? ਆਈ ਥਿੰਕ ਜਿੱਥੋਂ ਤੱਕ ਹੁਣ ਸਾਡੀਆਂ ਸਿਰਫ ਦੋ ਫੈਮਿਲੀਜ਼ ਦੇ ਨਾਲ ਕੰਟੈਕਟ ਰਿਹਾ ਸਾਡਾ, ਜਸਪਾਲ ਵੀਰ ਜੀ ਅਤੇ ਰਾਜਵੀਰ ਜੀ ਦੇ ਨਾਲ, ਅਤੇ ਇਹਨਾਂ ਦੇ ਮੈਂ ਬੱਚਿਆਂ ਨੂੰ ਦੇਖਿਆ ਵੀ ਕਿੰਨਾ, ਮੈਂ ਸਹੀ ਗੱਲ ਦੱਸਦੀ ਵੀ ਜਦੋਂ ਮੈਂ ਉਹਨਾਂ ਨੂੰ ਦੇਖਦੀ ਹਾਂ ਤਾਂ ਆਈ ਰੀਅਲੀ ਫੀਲ ਸਮਥਿੰਗ ਇਨਸਾਈਡ ਵੀ ਇਹ ਬਹੁਤ ਹੀ ਭਾਗਾਂ ਵਾਲੇ ਆ ਜਿਹੜੇ ਇਹਨਾਂ ਦੇ, ਇਹਨਾਂ ਨੂੰ ਆਪਣੇ ਬੱਚਿਆਂ ਨੂੰ ਉੱਥੇ ਭੇਜਣ ਦਾ ਟਾਈਮ ਮਿਲਿਆ, ਔਰ ਬੱਚਿਆਂ ਨੇ ਉੱਥੋਂ ਐਜੂਕੇਸ਼ਨ ਲੈ ਕੇ ਜੋ ਉਹਨਾਂ ਦਾ ਸਿੱਖੀ ਸਵਰੂਪ ਦੇਖ ਕੇ ਜੋ ਸਾਡੇ ਮਨ ਨੂੰ ਖੁਸ਼ੀ ਮਿਲਦੀ ਆ, ਉਹਦੇ ਨਾਲ ਨਾਲ ਉਹ ਆਪਣੇ ਐਜੂਕੇਸ਼ਨ ਦਾ ਲੈਵਲ ਵੀ ਉਹਨਾਂ ਦਾ ਇੱਥੋਂ ਦੇ ਬੱਚਿਆਂ ਦੇ ਬਰਾਬਰ ਆ, ਔਰ ਜਦੋਂ ਵਿੱਚੋਂ ਦੀ ਸਾਡੇ ਉਰੇ ਦੇ ਬੱਚਿਆਂ ਦੇ ਵਿੱਚੋਂ ਦੀ ਗੁਜ਼ਰਦੇ ਆ ਤਾਂ ਨੈਚੁਰਲੀ ਉਹਨਾਂ ਦਾ ਬਾਕੀ ਦੇ ਬੱਚਿਆਂ ਦੇ ਉੱਤੇ ਵੀ ਜਿਹੜਾ ਪ੍ਰਭਾਵ ਜ਼ਰੂਰ ਪੈਂਦਾ ਆ। ਜੀ ਜ਼ਰੂਰ ਪੈਂਦਾ। ਅਤੇ ਪ੍ਰਿਤਪਾਲ ਜੀ, ਇੱਕ ਹੋਰ ਕੁਐਸਚਨ ਤੁਹਾਡੇ ਲਈ, ਜਦੋਂ ਆਪਾਂ ਸਿੱਖੀ ਦੀ ਸਰੂਪ ਦੀ ਗੱਲ ਕਰਦੇ ਹਾਂ, ਤੁਸੀਂ ਹੁਣੇ ਕਿਹਾ ਕਿ ਤੁਸੀਂ ਜਦੋਂ ਇੱਥੇ ਆਏ ਸੀ, ਜੋ ਇੱਥੇ ਦੀ ਸਟਰਗਲ ਹੁੰਦੀ ਹੈ ਉਹਦੇ 'ਚ ਇੱਕ ਇਹ ਵੀ ਚੀਜ਼ ਹੁੰਦੀ ਹੈ ਕਿ ਤੁਸੀਂ ਲੋਕਲ ਕਮਿਊਨਿਟੀ ਨਾਲ ਅਸਿਮੂਲੇਟ ਹੋ, ਉਹਨਾਂ ਦੇ ਵਾਂਗੂ ਤੁਹਾਡਾ ਪਹਿਰਾਵ ਹੋਏ ਅਤੇ ਤੁਹਾਡੀ ਗੱਲਬਾਤ ਵੀ ਉੱਦਾਂ ਦੀ ਹੋਏ, ਰਾਈਟ? ਜੋ ਕੰਮ ਬੜੂ ਸਾਹਿਬ ਕਰ ਰਿਹਾ, ਭਾਵੇਂ ਉਹ ਪੰਜਾਬ ਦੇ ਜਾਂ ਇੰਡੀਆ ਦੇ ਬੱਚੇ ਕਹਿ ਲਓ ਜਾਂ ਇੱਥੇ ਦੇ ਆਪਣੇ ਵੈਸਟਰਨ ਬੱਚੇ ਕਹਿ ਲਓ, ਉਹ ਕਿੱਦਾਂ ਦਾ ਉਹਨਾਂ ਨੂੰ ਕੌਨਫੀਡੈਂਸ ਮਿਲ ਰਿਹਾ ਕਿ ਤੁਸੀਂ ਨਾ ਕਿ ਸਿਰਫ ਆਪਣੀ ਆਈਡੈਂਟੀ ਨੂੰ ਕਾਇਮ ਰੱਖੋ, ਬਟ ਜੋ ਇਹ ਸਿੱਖੀ ਦਾ ਸਰੂਪ ਹੈ ਇਹ ਤੁਹਾਡੀ ਸਟਰੈਂਥ ਹੈਗੀ? ਗੱਲ ਇੱਦਾਂ ਜੀ, ਇਹ ਜਿਹੜੀ ਸਿੱਖੀ ਦਾ ਸਰੂਪ ਦੀ ਗੱਲ ਮੈਂ ਤੁਹਾਨੂੰ ਕਰ ਰਿਹਾ, ਜੇ ਤੁਹਾਡੇ ਕੋਲ ਐਜੂਕੇਸ਼ਨ ਨਹੀਂ ਹੈਗੀ, ਇਹਦਾ ਫਰਕ ਤਾਂ ਹੈ, ਅੱਜ ਕੱਲ੍ਹ ਟਾਈਮ ਚੇਂਜ ਹੋ ਗਿਆ ਬਹੁਤ। ਹੁਣ ਅੱਜ ਤੋਂ 30 ਸਾਲ ਪਹਿਲਾਂ ਜੇ ਆਪਾਂ ਗੱਲ ਕਰੀਏ, ਅਮਰੀਕਾ ਦੇ ਵਿੱਚ ਸਿੱਖ ਬਹੁਤ ਘੱਟ ਸੀਗੇ, ਲੋਕਾਂ ਨੂੰ ਸਿੱਖੀ ਬਾਰੇ ਕੋਈ ਨੌਲੇਜ ਨਹੀਂ ਸੀਗੀ ਕੀ ਪ੍ਰੋਬਲਮ ਸੀਗੀਆਂ, ਪਰ ਹੁਣ ਇਹ ਪ੍ਰੋਬਲਮਾਂ ਨਹੀਂ ਹੈਗੀਆਂ। ਹੁਣ ਸਾਡੇ ਜਿਹੜੇ ਸਿੱਖ ਬੱਚੇ ਨੇ ਉਹਨਾਂ ਕੋਲ ਐਜੂਕੇਸ਼ਨ ਬਹੁਤ ਹੈ, ਉਹਨਾਂ ਨੂੰ ਕਿਸੇ ਤੋਂ ਡਰਨ ਦੀ ਲੋੜ ਨਹੀਂ ਹੈ, ਲੋਕ ਉਹਨਾਂ ਨੂੰ ਸਲਾਮਾਂ ਕਰਦੇ ਨੇ ਉਰੇ। ਸਿੱਖੀ ਨੂੰ ਹੁਣ ਜਿੱਦਾਂ ਅਸੀਂ ਪੱਗ ਬੰਨ੍ਹੀ ਹੈ, ਦਾੜਾ ਪ੍ਰਕਾਸ਼ ਕੀਤਾ, ਸਾਨੂੰ ਇੰਨਾ ਫੀਲ ਹੁੰਦਾ ਵੀ ਸਾਡੀ ਇੱਜ਼ਤ ਅੱਗੇ ਨਾਲੋਂ ਕਈ ਗੁਣਾ ਉੱਪਰ ਵੱਧ ਗਈ ਹੈ। ਸਾਨੂੰ ਕਦੇ ਮਹਿਸੂਸ ਨਹੀਂ ਹੋਇਆ ਵੀ ਇਹ 3 ਮਿਲੀਅਨ ਦੇ ਵਿੱਚ ਦੋ ਬੰਦੇ ਫਿਰ ਰਹੇ ਨੇ ਸਰਦਾਰ ਨਾ, ਸਾਨੂੰ ਖੁਸ਼ੀ ਹੁੰਦੀ ਹੈ, ਸਾਨੂੰ ਲੋਕ ਦੇਖ ਕੇ ਸਲਾਮ ਕਰਦੇ ਨੇ। ਸਿੱਖਾਂ ਦੀ ਤਾਂ ਬਹੁਤ ਹੀ ਜ਼ਿਆਦਾ ਇੱਜ਼ਤ ਹੈ। ਲੋਕ ਕਹਿੰਦੇ ਨੇ ਵੀ ਅਮਰੀਕਾ ਦੇ ਵਿੱਚ ਡਿਸਕ੍ਰਿਮੀਨੇਸ਼ਨ ਆ, ਪਰ ਮੇਰੇ ਹਿਸਾਬ ਨਾਲ ਇਹ ਸਭ ਗਲਤ ਹੈ। ਹਾਲੇ ਇੰਡੀਆ ਦੇ ਵਿੱਚ ਤਾਂ ਮੈਂ ਕਹਿ ਸਕਦਾ ਵੀ ਸਿੱਖਾਂ ਦੇ ਨਾਲ ਡਿਸਕ੍ਰਿਮੀਨੇਸ਼ਨ ਹੈ, ਅਮਰੀਕਾ ਕੈਨੇਡਾ ਦੇ ਵਿੱਚ ਡਿਸਕ੍ਰਿਮੀਨੇਸ਼ਨ ਨਹੀਂ ਹੈ, ਇਹਨਾਂ ਦੀ ਬਹੁਤ ਇੱਜ਼ਤ ਹੈ, ਜੁਗਾਂ ਜੁਗਾਂ ਤੱਕ ਰਹਿਣੀ ਆ ਇਹ। ਪਰਮਾਤਮਾ ਨੇ ਜੋ ਸਿੱਖੀ ਬਖਸ਼ੀ ਆ, ਇਹ ਜਿਹੜੇ ਸਾਡੇ ਜਵਾਕ ਹੁਣ ਪੜ੍ਹ ਰਹੇ ਨੇ, ਹੁਣ ਬੜੂ ਸਾਹਿਬ ਤੋਂ ਪੜ੍ਹ ਕੇ ਆ ਰਹੇ ਨੇ, ਇਹਨਾਂ ਨੂੰ ਇਹਨਾਂ ਕੋਲ ਤਾਂ ਨੌਲੇਜ ਹੀ ਬਹੁਤ ਹੈ, ਇਹ ਇਹਨਾਂ ਨੂੰ ਇੱਥੇ ਦੀ ਐਜੂਕੇਸ਼ਨ ਬਾਰੇ ਵੀ ਨੌਲੇਜ ਹੈਗੀ, ਉਹਨਾਂ ਕੋਲ ਧਰਮ ਵਾਸਤੇ ਵੀ ਨੌਲੇਜ ਹੈਗੀ, ਇਹਨਾਂ ਕੋਲ ਤਾਂ ਦੋਹੇ ਨੌਲੇਜ ਨੇ। ਤੁਸੀਂ ਹੁਣ ਕੌਣ ਇਹਦਾ ਨਾਂ ਕੀ ਗੱਲ ਕਰ ਸਕਦਾ ਉਹਨਾਂ ਨਾਲ, ਹਰੇਕ ਬਾਰੇ ਇਹਨਾਂ ਨੂੰ ਗਿਆਨ ਹੈਗਾ। ਹੁਣ ਸਾਡੇ ਗੋਰਿਆਂ ਨੂੰ ਇੱਥੇ ਗਿਆਨ ਹੈ ਨਹੀਂ ਗਾ, ਗੋਰਿਆਂ ਨੂੰ ਇੱਕ ਪਾਸੇ ਗਿਆਨ ਹੋ ਸਕਦਾ, ਦੂਜੇ ਪਾਸੇ ਉਹਨਾਂ ਨੂੰ ਧਰਮ ਬਾਰੇ ਕੋਈ ਗਿਆਨ ਨਹੀਂ ਹੈ, ਕਿਉਂਕਿ ਇਸ ਕਰਕੇ ਵੀ ਜਿਹੜੀ ਗੁਰੂ ਸਿੱਖ ਹੈ, ਗੁਰੂ ਦਾ ਸਿੱਖ ਹੈ, ਉਹ ਚਾਹੇ ਇੰਡੀਆ 'ਚ ਹੈ ਚਾਹੇ ਇੱਥੇ ਆ, ਉਹਨੂੰ ਜੇ ਪਰਮਾਤਮਾ ਦੇ ਵਿਸ਼ਵਾਸ ਹੈਗਾ ਉਹਨੂੰ ਕਿਤੇ ਪ੍ਰੋਬਲਮ ਨਹੀਂ ਹੈਗੀ। ਇਹਦਾ ਮਨ ਬੰਦੇ ਦਾ ਮਨ ਦਾ ਵਹਿਮੇ ਹੁੰਦਾ ਵੀ ਜੇ ਮੈਂ ਆ ਗੁਰਸਿੱਖ ਬਣਿਆ ਹੋਇਆ ਵੀ ਸ਼ਾਇਦ ਮੈਨੂੰ ਕੰਮ ਨਹੀਂ ਮਿਲੂਗਾ, ਅਸੀਂ ਉਹ ਗਲਤ ਸੀ ਉਹ ਟਾਈਮ। ਪਰ ਮੈਂ ਤਾਂ ਹੁਣ ਇਹੀ ਸਾਰਿਆਂ ਨੂੰ ਐਡਵਾਈਸ ਕਰੂੰਗਾ ਵੀ ਕਦੇ ਇਹ ਸੋਚ ਕੇ ਨਾ ਆਪਣੇ ਸਿਰ ਕਤਲ ਕਰਿਓ, ਵਾਲ ਕਤਲ ਕਰਿਓ ਵੀ ਭਾਈ ਮੈਨੂੰ ਕੰਮ ਨਹੀਂ ਮਿਲਣਾ ਨਾ। ਗੁਰੂ ਮਹਾਰਾਜ ਨੇ ਜੇ ਜੋ ਕੁਛ ਦੇਣਾ ਉਹਨੇ ਪਹਿਲਾਂ ਹੀ ਲਿਖ ਕੇ ਰੱਖਿਆ ਹੈ ਵੀ ਤੈਨੂੰ ਕਿੱਥੇ ਕਿਸ ਗਤੀ 'ਤੇ ਬਿਠਾ ਲੈਣਾ। ਉਹਨੇ ਇਹ ਕਦੇ ਮਹਾਰਾਜ ਨੇ ਕਦੇ ਕਿਹਾ ਹੀ ਨਹੀਂ ਮੇਰਾ ਸਿੱਖ
ਕਦੇ ਨੀਵਾਂ ਹੋਵੇ। ਉਹਨੇ ਤਾਂ ਹਮੇਸ਼ਾ ਹੀ ਕਿਹਾ ਮੇਰਾ ਜਿਹੜਾ ਸਿੱਖ ਉਹ ਚੜ੍ਹਦੀਆਂ ਕਲਾਂ 'ਚ ਰਹੇ। ਅਸੀਂ ਉਹ 'ਤੇ ਵਿਸ਼ਵਾਸ ਜਦੋਂ ਨਹੀਂ ਕਰਦੇ ਇਹ ਤਾਂ ਸਾਡੇ ਨਾਲ ਗੱਲਾਂ ਹੁੰਦੀਆਂ ਨੇ। ਜੇ ਗੁਰੂ ਸਿੱਖ ਦਾ ਜਿਹੜਾ ਗੁਰੂ ਦਾ ਸਿੱਖ ਹੈ ਜੇ ਉਹਦੇ 'ਤੇ ਵਿਸ਼ਵਾਸ ਰੱਖਦਾ ਉਹ ਹਮੇਸ਼ਾ ਚੜ੍ਹਦੀਆਂ ਕਲਾਂ 'ਚ ਰਹਿੰਦਾ ਜੀ। ਐਂਡ ਤੁਸੀਂ ਕਹਿ ਸਕਦੇ ਹੋ ਕਿ ਇਹੀ ਚੀਜ਼ ਹਰ ਰੋਜ਼ ਉਨ ਬੱਚਿਆਂ ਨੂੰ ਸਿੱਖਣ ਨੂੰ ਮਿਲ ਰਹੀ ਹੈ ਅਕਾਲ ਅਕੈਡਮੀ ਵਿੱਚ? ਇਹ ਹਮੇਸ਼ਾ ਹੀ ਜਿਹੜੇ ਬੱਚੇ ਨੇ ਸਾਡੇ ਉੱਥੇ, ਕਿਉਂਕਿ ਉਹ ਫਸਟ ਗ੍ਰੇਡ ਤੋਂ ਲੈ ਕੇ ਇਹ ਇਹੀ ਸਿੱਖਦੇ ਨੇ ਗੁਰਸਿੱਖੀ ਬਾਰੇ, ਧਰਮ ਬਾਰੇ ਅਤੇ ਐਜੂਕੇਸ਼ਨ ਬਾਰੇ। ਹੁਣ ਜਿਹੜੀ ਆਮ ਅਸੀਂ ਘਰਾਂ ਦੇ ਵਿੱਚ ਸਿਰਫ ਜੇ ਤੁਹਾਡੇ ਘਰ 'ਚ ਗੁਰਸਿੱਖ ਪਰਿਵਾਰ ਹੈ ਉਹਨਾਂ ਪਰਿਵਾਰਾਂ ਵਿੱਚ ਤਾਂ ਮੈਂ ਕਹਿ ਸਕਦਾ ਵੀ ਸਿੱਖਦੇ ਹੋਣਗੇ, ਨਹੀਂ ਮੋਸਟ ਆਫ ਦਾ ਪਰਿਵਾਰ ਵਿੱਚ ਇਹ ਚੀਜ਼ ਮਿਸ ਹੈ। ਅਸੀਂ ਘਰ ਵਿੱਚ ਜਵਾਕ ਨੂੰ ਨਹੀਂ ਸਿਖਾਉਣਾ ਚਾਹੁੰਦੇ ਨੇ, ਸਾਡੇ ਕੋਲ ਟਾਈਮ ਨਹੀਂ। ਅਸੀਂ ਕਹਿੰਦੇ ਹਾਂ ਵੀ ਸਾਡੇ ਟਾਈਮ ਆ, ਉੱਥੇ ਜਦੋਂ ਅਸੀਂ ਜਵਾਕ ਨੂੰ ਪੜ੍ਹਨ ਵਾਸਤੇ ਲਾ ਦਿੰਦੇ ਹਾਂ ਉੱਥੇ ਇਹ ਚੀਜ਼ਾਂ ਬਹੁਤ ਵਧੀਆ ਉਹਨੂੰ ਸਿੱਖਣ ਨੂੰ ਮਿਲਦੀਆਂ ਨੇ, ਕਿਉਂਕਿ ਹੋਰ ਕਿਸੇ ਸਕੂਲ ਦੇ ਵਿੱਚ ਹੈ ਨਹੀਂ। ਜੇ ਤੁਸੀਂ ਚਾਹੇ ਸ਼੍ਰੋਮਣੀ ਕਮੇਟੀ ਨੇ ਸਕੂਲ ਖੋਲ੍ਹੇ ਨੇ ਉੱਥੇ ਨਰੋਲ ਦੂਜੀ ਐਜੂਕੇਸ਼ਨ ਹੀ ਆ, ਹੋਰ ਕੋਈ ਨਹੀਂ ਆ। ਜੇ ਕਿਸੇ ਨਾਲ ਤੁਹਾਨੂੰ ਆਪਸ਼ਨ ਹੋਏ, ਕਿਸੇ ਨੇ ਕੀਰਤਨ ਸਿੱਖਣਾ ਸਿਖਾ ਦੇਣਗੇ, ਕਿਸੇ ਨੇ ਆਹ ਕਰਨਾ ਸਿਖਾ ਦੇਣਗੇ, ਪਰ ਇੱਥੇ ਗੁਰੂ ਮਹਾਰਾਜ ਦੀ ਇਹ ਕਿਰਪਾ ਉਹ ਹਰੇਕ ਬੱਚੇ ਨੂੰ ਹਰੇਕ ਚੀਜ਼ ਸਿਖਾਉਂਦੇ ਨੇ। ਭੁਪਿੰਦਰ ਜੀ, ਮੈਂ ਤੁਹਾਨੂੰ ਇੱਕ ਪੁੱਛਣਾ ਸੀ, ਜਦੋਂ ਆਪਾਂ ਪੰਜਾਬ ਦੀ ਗੱਲ ਕਰਦੇ ਹਾਂ, ਬੜੂ ਸਾਹਿਬ ਜੋ ਸੰਸਥਾ ਉੱਥੇ ਕੰਮ ਕਰ ਰਹੀ ਹੈ ਉਹ ਸਿਰਫ ਬੱਚਿਆਂ ਨਾਲ ਅਤੇ ਸਕੂਲ ਨਾਲ ਉੱਥੇ ਖਤਮ ਨਹੀਂ ਹੋ ਜਾਂਦਾ ਉਹਨਾਂ ਦਾ ਕੰਮ, ਉਹ ਪੰਜਾਬ ਲਈ ਵੀ ਬਹੁਤ ਕੁਛ ਕਰ ਰਹੇ ਹੈ। ਤੁਹਾਨੂੰ ਕੀ ਲੱਗਦਾ ਹੈ ਕਿ ਜੋ ਆਪਣੀ ਪੰਜਾਬ ਦੀ ਸਭ ਤੋਂ ਜ਼ਿਆਦਾ ਹੈਲਪ ਬੜੂ ਸਾਹਿਬ ਕਰ ਰਿਹਾ ਇਸ ਵੇਲੇ, ਉਹ ਕਿਸ ਪਾਸੇ ਹੋ ਰਹੀ ਹੈ? ਜਿਹੜੀ ਹੈਲਪ ਹੋ ਰਹੀ ਹੈ ਸਭ ਤੋਂ ਐਜੂਕੇਸ਼ਨ ਦੇ ਵਿੱਚ ਸਭ ਤੋਂ ਜ਼ਿਆਦਾ ਹੈਲਪ ਹੋ ਰਹੀ ਹੈ। ਬੇਸਿਕਲੀ ਕਿਸਾਨ ਵੀਰਾਂ ਦੇ ਬੱਚੇ ਜਿਹੜੇ ਪਿੰਡਾਂ ਦੇ ਵਿੱਚ ਪੜ੍ਹ ਰਹੇ ਨੇ, ਕਿਉਂਕਿ ਆਮ ਤੌਰ 'ਤੇ ਹਮੇਸ਼ਾ ਅਸੀਂ ਦੇਖੀਦੇ ਹਾਂ ਸਿਆਲ ਦੇ ਵਿੱਚ ਜਿਹੜੇ ਬੜੂ ਸਾਹਿਬ ਅਕਾਲ ਅਕੈਡਮੀ ਦੇ ਬੱਚੇ ਪੜ੍ਹੇ ਹੋਏ ਟੌਪ ਦੀਆਂ ਪੁਜੀਸ਼ਨਾਂ 'ਤੇ ਆ ਰਹੇ ਨੇ। ਫਿਰ ਉਸ ਪੁਜੀਸ਼ਨ ਦੇ ਬੇਸ ਦੇ ਉੱਤੇ, ਕਿਉਂਕਿ ਉਹਨਾਂ ਨੇ ਮਿਹਨਤ ਕਰਕੇ ਉਹ ਆਪਣੇ ਮਾਰਕਸ ਲਾਏ ਹੋਏ ਨੇ ਅਤੇ ਬੜੀ ਈਜ਼ਲੀ ਸਕਸੈਸਫੁਲ ਹੁੰਦੇ ਨੇ ਜ਼ਿੰਦਗੀ ਦੇ। ਸਭ ਤੋਂ ਪਹਿਲਾਂ ਬੜੂ ਸਾਹਿਬ ਜਦੋਂ ਕੋਈ ਵੀ ਬੱਚਾ ਜਾਂਦਾ ਸਵੇਰੇ ਉੱਠਦਾ ਅਤੇ ਅਰਦਾਸ ਕਰਦਾ, ਅਰਦਾਸ ਕਰਨ ਤੋਂ ਬਾਅਦ ਉਹ ਆਪਣਾ ਗਾਂ ਦਾ ਪੜ੍ਹਾਈ ਦਾ ਕੰਮ ਸ਼ੁਰੂ ਕਰਦਾ। ਕੋਈ ਵੀ ਕੰਮ ਜਿਹੜਾ ਅਰਦਾਸ ਨਾਲ ਕੀਤਾ ਹੋਇਆ ਅਤੇ ਗਾਹਾਂ ਚਾਹੇ ਉਹ ਪੜ੍ਹਾਈ ਕਰ ਰਿਹਾ, ਪੜ੍ਹਾਈ ਕਰਨ ਤੋਂ ਬਾਅਦ ਵੀ ਜੇ ਉਹਨਾਂ ਨੇ ਲਾਈਫ ਦੇ ਵਿੱਚ ਕੋਈ ਵੀ ਕੰਮ ਕਰਨਾ, ਉਹਨੂੰ ਕਦੇ ਵੀ ਕਿਸੇ ਚੀਜ਼ ਦੀ ਕੋਈ ਤੰਗੀ ਨਹੀਂ ਆ ਸਕਦੀ। ਪਰਮਾਤਮਾ ਨੇ ਉਹਦੇ ਅੰਗ ਸੰਗ ਰਹਿਣਾ ਅਤੇ ਉਹਦੀਆਂ ਚੜ੍ਹਦੀਆਂ ਕਲਾਈ ਰਹਿਣਾ। ਇੱਕ ਛੋਟੀ ਜਿਹੀ ਬ੍ਰੇਕ ਆਪਾਂ ਇੱਥੇ ਲੈਂਦੇ ਹਾਂ, ਸਟੇ ਟਿਊਨਡ, ਵੀ ਵਿਲ ਬੀ ਰਾਈਟ ਬੈਕ। ਬ੍ਰੇਕ ਤੋਂ ਬਾਅਦ ਸਾਰਿਆਂ ਦਾ ਇੱਕ ਵਾਰ ਫਿਰ ਸਵਾਗਤ ਹੈ। ਆਪਾਂ ਬੈਠੇ ਹਾਂ ਲਾਸ ਵੇਗਸ ਵਿੱਚ ਭੱਟੀ ਫੈਮਿਲੀ ਨਾਲ, ਗੱਲ ਕਰ ਰਹੇ ਹਾਂ ਬੜੂ ਸਾਹਿਬ ਬਾਰੇ। ਭੁਪਿੰਦਰ ਜੀ, ਸਮਾਂ ਸਾਡੇ ਕੋਲ ਜ਼ਿਆਦਾ ਨਹੀਂ ਰਹਿ ਗਿਆ, ਹੁਣ ਮੈਂ ਤੁਹਾਡੇ ਤੋਂ ਬੇਨਤੀ ਕਰਾਂਗੀ ਕਿ ਸਾਡੀ ਆਡੀਅੰਸ ਨੂੰ ਦੱਸੋ ਕਿ ਜੋ ਲੋਕ ਇਨਵੋਲਵ ਹੋਣਾ ਚਾਹੁੰਦੇ ਹੈ, ਹੈਲਪ ਕਰਨਾ ਚਾਹੁੰਦੇ ਹੈ, ਉਹ ਕਿੱਦਾਂ ਜੁੜ ਸਕਦੇ ਹੈ? ਇੱਕ ਵਾਰ ਫਿਰ ਸੰਤ ਬਾਬਾ ਇਕਬਾਲ ਸਿੰਘ, ਬਾਬਾ ਜੀ ਬੜੂ ਸਾਹਿਬ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਐਡਾ ਵੱਡਾ ਉਪਰਾਲਾ ਕੀਤਾ। ਪਿੰਡਾਂ ਦੇ ਵਿੱਚ ਆ ਕੇ 129 ਅਕੈਡਮੀਆਂ ਖੋਲ੍ਹੀਆਂ ਅਤੇ ਨਾਲ ਯੂਨੀਵਰਸਿਟੀ ਵੀ ਬਣਾਈ। ਜਿਵੇਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਐਜੂਕੇਸ਼ਨ ਇਹ ਤੁਹਾਨੂੰ ਇੱਕ ਓਪਰਚੁਨਿਟੀ ਦਿੰਦੀ ਹੈ, ਅਤੇ ਇਸ ਕਰਕੇ ਐਜੂਕੇਸ਼ਨ ਹੋਣੀ ਬਹੁਤ ਹੀ ਜ਼ਿਆਦਾ ਜ਼ਰੂਰੀ ਆ। ਤਾਂ ਹੀ ਤੁਸੀਂ, ਜੇ ਤੁਹਾਡੇ ਕੋਲ ਐਜੂਕੇਸ਼ਨ ਆ ਤਾਂ ਹੀ ਤੁਸੀਂ ਓਪਰਚੁਨਿਟੀ ਨੂੰ ਆਈਡੈਂਟੀਫਾਈ ਕਰ ਸਕਦੇ ਹੋ। ਸਿਰਫ ਇੰਨਾ ਲਾਈਫ ਦੇ ਵਿੱਚ ਇੰਨਾ ਕੀ ਫਰਕ ਹੈਗਾ, ਹਰ ਇੱਕ ਬੰਦੇ ਨੂੰ ਜਦੋਂ ਕੋਈ ਬੰਦਾ ਸਕਸੈਸਫੁਲ ਹੋ ਜਾਂਦਾ ਅਤੇ ਤਾਂ ਬੰਦਾ ਕਹਿੰਦਾ, ਸੋਚਦਾ ਵੀ ਇਹ ਤਾਂ ਸਿੰਪਲ ਕੰਮ ਸੀਗਾ, ਪਰ ਉਹ ਬੰਦੇ ਨੂੰ ਉਹਨੇ ਕਿਸੇ ਅਰਲੀ ਸਟੇਜ ਦੇ ਵਿੱਚ ਉਹ ਚੀਜ਼ ਨੂੰ ਆਈਡੈਂਟੀਫਾਈ ਕਰ ਲਿਆ। ਕਿਉਂਕਿ ਅਸੀਂ ਜਿਵੇਂ ਹੁਣ ਤੁਸੀਂ ਦੇਖ ਲਓ ਅਮਰੀਕਾ ਦੇ ਵਿੱਚ ਬਹੁਤ ਵੱਡੇ ਅਮੀਰ ਸਿੱਖ ਬੈਠੇ ਨੇ, ਉਹਨਾਂ ਨੇ ਕਿਸੇ ਨਾ ਕਿਸੇ ਟਾਈਮ 'ਤੇ ਕਿਸੇ ਵੀ ਫੀਲਡ ਦੇ ਵਿੱਚ ਸੀ, ਉਹਨਾਂ ਨੇ ਉਹ ਫੀਲਡ ਨੂੰ ਆਈਡੈਂਟੀਫਾਈ ਕਰ ਲਿਆ ਵੀ ਇਹਦੇ ਵਿੱਚ ਓਪਰਚੁਨਿਟੀ ਹੈ। ਉਸ ਤਰ੍ਹਾਂ ਹੀ ਇਹ ਆ, ਜਿਹੜਾ ਬਾਬਾ ਜੀ ਦਾ ਉਪਰਾਲਾ ਹੈ ਉਹ ਬੱਚਿਆਂ ਨੂੰ ਉਸ ਸਿਹਤ ਦੇ ਨਾਲ ਤਿਆਰ ਕਰ ਰਹੇ ਨੇ, ਅਤੇ ਇਸ ਕਰਕੇ ਆਪਾਂ ਨੂੰ ਉਹਨਾਂ ਦੀ ਪੂਰੀ ਸਪੋਰਟ ਕਰਨੀ ਚਾਹੀਦੀ ਹੈ। ਸਾਨੂੰ ਜਿਵੇਂ ਅਸੀਂ ਬਾਬਾ ਜੀ ਦੀ ਸਪੋਰਟ ਨਾਲ, ਸਾਨੂੰ ਕਈ ਵਾਰੀ ਉਹ ਚੀਜ਼ਾਂ ਦਾ ਦੁੱਖ ਲੱਗਦਾ ਹੈ ਜਦੋਂ ਉਹਨਾਂ ਦੀ ਇੰਨੀ ਮਿਹਨਤ ਕਰਨ ਤੋਂ ਬਾਅਦ ਜੇ ਕੋਈ ਵੀ ਛੋਟਾ ਤੋਂ ਛੋਟਾ ਇੰਸੀਡੈਂਟ, ਉਹਦਾ ਕੋਈ ਸੈਂਸ ਹੈ ਕਿ ਨਹੀਂ ਹੈ, ਉਹ
ਲੋਕ ਵੀਡੀਓ ਥਰੂ ਵਾਇਰਲ ਕਰਨ ਦੀ ਕੋਸ਼ਿਸ਼ ਕਰਦੇ ਨੇ ਅਤੇ ਉਹਨੂੰ ਇਮੀਡੀਏਟਲੀ ਉਹ ਪਹੁੰਚਾਉਣਾ ਚਾਹੁੰਦੇ ਨੇ ਦੇਖੋ ਜੀ ਬੜੂ ਸਾਹਿਬ ਅਕੈਡਮੀ ਦੇ ਵਿੱਚ ਇਸ ਤਰ੍ਹਾਂ ਹੋ ਗਿਆ ਅਤੇ ਸਾਡੀ ਬੇਨਤੀ ਉਹ ਭਰਾਵਾਂ ਨੂੰ ਇਹ ਹੈ ਅਤੇ ਉਹ ਪਲੀਜ਼ ਜੇ ਤੁਹਾਡਾ ਇਸ ਤਰ੍ਹਾਂ ਦੀ ਕੋਈ ਹੋਈ ਉਸ ਚੀਜ਼ ਦੇ ਸੋਲਿਊਸ਼ਨ ਲੱਭੋ ਤਾਂ ਉਹਨਾਂ ਨੂੰ ਵੈਰੀਫਾਈ ਕਰੋ ਸੋਲਿਊਸ਼ਨ ਲੱਭੋ ਤਾਂ ਕਰਕੇ ਬਾਬਾ ਜੀ ਨੂੰ ਸੁਝਾਅ ਦਿਓ ਅਤੇ ਨਾਲ ਉਹਨਾਂ ਦੇ ਨਾਲ ਮੋਢਾ ਦੇ ਮੋਢਾ ਮਿਲਾ ਕੇ ਕੰਮ ਕਰੋ ਤਾਂ ਕਰਕੇ ਆਪਾਂ ਆਪਣੇ ਬੱਚਿਆਂ ਦੀ ਕੌਮ ਦੀ ਜਿੱਥੇ ਅਸੀਂ ਹੈ ਉਹਦੀ ਸੇਵਾ ਕਰ ਸਕੀਏ। ਕਮਲ ਜੀ ਹਾਂਜੀ ਮੈਂ ਤਾਂ ਅਖੀਰ ਦੇ ਵਿੱਚ ਇਹੀ ਕਹਾਂਗੀ ਕਿਉਂਕਿ ਮੈਨੂੰ ਤਾਂ ਜੋ ਮੈਂ ਉੱਥੋਂ ਦੇ ਬੱਚਿਆਂ ਦੇ ਬਾਰੇ ਦੇਖਿਆ ਕਿ ਆਪਾਂ ਨੂੰ ਸਾਰਿਆਂ ਨੂੰ ਇਸ ਦੇ ਬਾਰੇ ਜ਼ਰੂਰ ਸੋਚਣਾ ਚਾਹੀਦਾ ਆ ਛੋਟੇ ਤੋਂ ਛੋਟਾ ਜਿੰਨਾ ਵੀ ਤੁਸੀਂ ਸੋਚ ਸਕਦੇ ਹੋ। ਆਈ ਥਿੰਕ ਜੇ ਆਪਾਂ ਥੋੜ੍ਹੇ ਜਿਹੇ ਕੁਛ ਚੇਂਜ ਹਰ ਰੋਜ਼ ਦੀ ਵੀ ਕੱਢੀਏ ਤਾਂ ਆਪਾਂ ਬਹੁਤ ਵੱਡੀ ਸੇਵਾ ਕਰ ਸਕਦੇ ਹਾਂ ਉਸਨੂੰ ਜੋੜ ਜੋੜ ਕੇ ਕਿਉਂਕਿ ਦਾਣਾ ਦਾਣਾ ਜੁੜ ਕੇ ਹੀ ਮਟਕਾ ਭਰਦਾ ਆ। ਸੋ ਇਸ ਕਰਕੇ ਤੁਸੀਂ ਕੁਛ ਆਪਣਾ ਉਪਰਾਲਾ ਜਾਰੀ ਰੱਖੋ ਜਿੰਨੀ ਸੇਵਾ ਕਰ ਸਕਦੇ ਹਾਂ ਕਰੋ ਕਿਉਂਕਿ ਆਪਣੇ ਕਿਸਾਨ ਵੀਰਾਂ ਦੇ ਜਿਹੜੇ ਬੱਚੇ ਨੇ ਉਹਨਾਂ ਦੀ ਸੇਵਾ ਕਰਨਾ ਆਪਾਂ ਜੋ ਆਪਾਂ ਅਫੋਰਡ ਕਰ ਸਕਦੇ ਹਾਂ ਉਹ ਹੀ ਕਰ ਸਕਦੇ ਨੇ ਕਿਉਂਕਿ ਕਿਸਾਨ ਇਸ ਟਾਈਮ ਮਾਰ ਸਹਿ ਰਿਹਾ ਆ ਕੁਦਰਤ ਵੱਲੋਂ ਵੀ ਕੁਦਰਤ ਵੱਲੋਂ ਵੀ ਅਤੇ ਅਸੀਂ ਦੂਸਰੇ ਪਾਸੇ ਗੌਰਮੈਂਟ ਵੱਲੋਂ ਵੀ। ਸੋ ਆਪਣੀ ਉਹਨਾਂ ਦੀ ਸੇਵਾ ਕਰਨੀ ਉਹਨਾਂ ਦੀ ਹੈਲਪ ਕਰਨੀ ਬਹੁਤ ਜ਼ਰੂਰੀ ਆ ਇਸ ਦੇ ਲਈ ਜੋ ਬਾਬਾ ਜੀ ਉਪਰਾਲਾ ਕਰ ਰਹੇ ਨੇ। ਸੋ ਉਹਦੇ ਵਿੱਚ ਆਪਾਂ ਆਪਣਾ ਪੂਰਾ ਹੱਥ ਵਟਾਈਏ ਅਤੇ ਉਹਨਾਂ ਦੇ ਮੋਢੇ ਨਾਲ ਮੋਢਾ ਮਿਲਾ ਕੇ ਚੱਲੀਏ ਤਾਂ ਜੋ ਆਪਣੇ ਆਪਣੇ ਸਿੱਖੀ ਧਰਮ ਨੂੰ ਵੀ ਉਸ ਜਗ੍ਹਾ 'ਤੇ ਲਿਆ ਸਕੀਏ ਜਿੱਥੇ ਕਿ ਉਹਨਾਂ ਦਾ ਆਪਣਾ ਸੋਚਣਾ ਆ। ਇਸ ਦੇ ਨਾਲ ਕਹਿੰਦਾ ਹੈ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਮਨ ਜੀ ਦੋ ਸ਼ਬਦ ਦੇ ਬਾਰੇ। ਮੇਰੀ ਤਾਂ ਇਹੀ ਬੇਨਤੀ ਹੈ ਜੀ ਸਾਰਿਆਂ ਨੂੰ ਕਿ ਆਪਣਾ ਦਸਵਾਂ ਦਸਾਂਧ ਹਰ ਇੱਕ ਸਿੱਖ ਨੂੰ ਕੱਢਣਾ ਚਾਹੀਦਾ ਤਾਂ ਕਿ ਉਹ ਤੁਹਾਡੇ ਧਰਮ ਦੇ ਲੇਖੇ ਲੱਗ ਸਕੇ। ਜੀ ਜੀ ਅਤੇ ਪ੍ਰਿਤਪਾਲ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਰਿਆਂ ਤੋਂ ਪਹਿਲਾਂ ਬਾਬਾ ਬੜੂ ਸਾਹਿਬ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਜਸ ਪੰਜਾਬੀ ਦੀ ਟੀਮ ਲਾਸ ਵੀਕਸ ਦੇ ਵਿੱਚ ਭੇਜੀ ਅਤੇ ਸੰਗਤਾਂ ਨੂੰ ਹੋਰਾਂ ਨੂੰ ਵੀ ਇਹ ਮੌਕਾ ਦਿੱਤਾ ਕਿ ਵੱਧ ਤੋਂ ਵੱਧ ਉਹ ਲੋਕਾਂ ਦੇ ਰੂਬਰੂ ਹੋ ਸਕਣ ਤਾਂ ਕਿ ਉਹਨਾਂ ਨੂੰ ਪਤਾ ਲੱਗੇ ਵੀ ਬੜੂ ਸਾਹਿਬ ਦੇ ਵਿੱਚ ਕੀ ਹੋ ਰਿਹਾ ਕੀ ਕਰ ਰਹੇ ਨੇ। ਮੈਂ ਤਾਂ ਇਹੀ ਕਹੂੰਗਾ ਵੀ ਜੇ ਤੁਸੀਂ ਜ਼ਿੰਦਗੀ ਦੇ ਵਿੱਚ ਸਫਲ ਹੋਣਾ ਤਾਂ ਵੱਧ ਤੋਂ ਵੱਧ ਤੁਸੀਂ ਕਹਿਣਾ ਵੀ ਸਾਨੂੰ ਗੁਰੂ ਦੀਆਂ ਰਹਿਮਤਾਂ ਮਿਲਣ ਵੱਧ ਤੋਂ ਵੱਧ ਦਾਨ ਪੁੰਨ ਕਰੋ। ਦਾਨ ਪੁਰ ਉੱਥੇ ਕਰੋ ਜਿੱਥੇ ਤੁਹਾਨੂੰ ਇਹ ਪਤਾ ਲੱਗੇ ਵੀ ਉਹ ਕਿਸੇ ਦੇ ਕੰਮ ਆ ਸਕੇ। ਇਹ ਨਹੀਂ ਠੀਕ ਆ ਵੀ ਤੁਸੀਂ ਉਹ ਕੰਮ ਕਰਿਆ ਲੋਕਾਂ ਨੇ ਲੰਗਰ ਖਾ ਲਿਆ ਅਤੇ ਚਲੇ ਗਏ, ਉਹ ਦਾਨ ਪੁੰਨ ਨਹੀਂ ਹੈ। ਦਾਨ ਪੁੰਨ ਤਾਂ ਉਹੀ ਹੈ ਜੇ ਇੱਕ ਤੁਸੀਂ ਜਵਾਕ ਪੜ੍ਹਾਇਆ ਉਹਨੇ ਗਾਹਾਂ 10 ਜਵਾਕਾਂ ਨੂੰ ਹੋਰ ਐਜੂਕੇਸ਼ਨ ਦੇਣੀ ਆ। ਉਹ 10 ਐਜੂਕੇਸ਼ਨ ਤਾਂ ਹੀ ਹੋਣਗੇ ਜੇ ਵੀ ਅਸੀਂ ਉਹ ਇਸ ਜਿਹੀ ਸੰਸਥਾ ਨੂੰ ਦਾਨ ਕਰਾਂਗੇ ਵੀ ਜਿੱਥੇ ਤੁਹਾਨੂੰ ਪਤਾ ਵੀ ਜੇ ਰੁਪਈਆ ਦਿੱਤਾ ਅਸੀਂ ਤਾਂ ਉਹ ਰੁਪਈਆ ਉੱਥੇ ਲੱਗਣਾ। ਵੀ ਇਹ ਨਹੀਂ ਹੈ ਵੀ ਤੁਸੀਂ ਥੋੜ੍ਹਾ ਪਤਾ ਨਹੀਂ ਲੱਗੇ ਉਹ ਪੈਸੇ ਲੱਗ ਗਏ ਜਾਂ ਨਹੀਂ ਲੱਗ ਗਏ, ਤੁਸੀਂ ਉੱਥੇ ਜਾ ਕੇ ਦੇਖੋ ਉਹ ਕੀ ਕੁਛ ਹੋ ਰਿਹਾ। ਉੱਥੇ ਵੱਧ ਤੋਂ ਵੱਧ ਤੁਸੀਂ ਦਾਨ ਪੁੰਨ ਕਰੋ। 129 ਅਕੈਡਮੀਆਂ ਖੁੱਲ੍ਹ ਗਈਆਂ ਨੇ ਅਤੇ 2 ਯੂਨੀਵਰਸਿਟੀ ਬਾਬਾ ਜੀ ਨੇ ਖੋਲ੍ਹਤੀਆਂ, ਹਾਲੇ ਹੋਰ ਬਹੁਤ ਦੀ ਲੋੜ ਹੈ। ਇਹ ਨਹੀਂ ਇਹ ਕੰਮ ਇੱਥੇ ਖਤਮ ਨਹੀਂ ਹੋਣੇ, ਕੰਮ ਇਹ ਹਮੇਸ਼ਾ ਚੱਲਦੇ ਰਹਿਣੇ ਨੇ। ਇਹ ਕੰਮ ਤਾਂ ਚੱਲਦੇ ਰਹਿਣਗੇ ਜੇ ਅਸੀਂ ਵੱਧ ਤੋਂ ਵੱਧ ਦਾਨ ਪੁੰਨ ਕਰਾਂਗੇ। ਮੇਰੀ ਤਾਂ ਇਹੀ ਬੇਨਤੀ ਆ ਕਿ ਵੱਧ ਤੋਂ ਵੱਧ ਦਾਨ ਕਰੋ। ਜੇ 1 ਰੁਪਈਆ ਦਾਨ ਕਰੋਗੇ ਤਾਂ ਉਹਦੇ 70 ਗੁਣਾ ਤੁਹਾਨੂੰ ਮਿਲਣੇ ਨੇ। ਸਾਡਾ ਤਾਂ ਜ਼ਿੰਦਗੀ ਦਾ ਐਕਸਪੀਰੀਅੰਸ ਹੈ, ਵਾਹਿਗੁਰੂ ਨੇ ਸਾਨੂੰ ਬਹੁਤ ਕੁਛ ਦਿੱਤਾ। ਉਹ ਇਸ ਜੇ ਅਸੀਂ ਇਹ ਸੋਚਦੇ ਹਾਂ, ਬੰਦਾ ਕਹਿੰਦਾ ਵੀ ਮੇਰੀ ਜੇਬ ਦੇ ਵਿੱਚ ਅੱਜ ਇੰਨੇ ਪੈਸੇ ਨੇ, ਜੇ ਕਹੇ ਵੀ ਮੇਰੀ ਕਮਾਈ ਆ, ਉਹਦੀ ਕਮਾਈ ਨਹੀਂ ਹੈ, ਉਹ ਪਰਮਾਤਮਾ ਦੀ ਦਿੱਤੀ ਹੋਈ ਹੈ। ਉਹ ਪਰਮਾਤਮਾ ਦੀ ਕਮਾਈ ਤੁਹਾਡੇ ਕੋਲ ਤਾਂ ਹੀ ਰਹਿਣੀ ਹੈ ਜੇ ਤੁਸੀਂ ਉਹਨੂੰ ਦਾਨ ਪੁੰਨ ਕਰਦੇ ਰਹੋਗੇ, ਨਹੀਂ ਉਹ ਇੱਕ ਦਿਨ ਤੁਹਾਡੇ ਕੋਲ ਖਤਮ ਹੋ ਜਾਣੀ ਹੈ। ਕਿਸੇ ਨੇ ਊਂ ਜੇਬ 'ਚੋਂ ਕੱਢ ਕੇ ਲੈ ਜੀ, ਉਹਦਾ ਕੀ ਫਾਇਦਾ ਜੇ ਤੁਸੀਂ ਦਾਨ ਪੁੰਨ ਕੀਤਾ ਹੋਇਆ ਤੁਹਾਡਾ ਉਹ ਗਾਹਾਂ ਨੂੰ। ਜੇ ਤੁਸੀਂ ਕਹਿੰਦੇ ਥੋੜ੍ਹਾ ਜ਼ਿੰਦਗੀ 'ਚ ਨਾਂ ਰੱਖਣਾ ਤੁਸੀਂ ਗਾਹਾਂ ਨੂੰ, ਉਹ ਵੱਧ ਤੋਂ ਵੱਧ ਦਾਨ ਕਰੋ। ਦਾਨ ਪੁੰਨ ਬੜੂ ਸਾਹਿਬ ਨੂੰ ਕਰੋ। ਉੱਥੇ ਜਵਾਕਾਂ ਦਾ ਕੋਈ ਸਕੂਲ ਦੀ ਨਹੀਂ ਕਰ ਸਕਦੇ, ਤੁਸੀਂ ਕਮਰੇ ਦੀ ਸੇਵਾ ਲੈ ਲਓ, ਕਿਸੇ ਜੋ ਵੀ ਸੇਵਾ ਤੁਸੀਂ ਲੈ ਸਕਦੇ ਹੋ। ਜੇ ਕੋਈ ਤੁਹਾਨੂੰ ਪਤਾ ਵੀ ਕੋਈ ਹੋਰ ਬੰਦੇ ਨੂੰ ਨਹੀਂ ਇਨਫੋਰਮੇਸ਼ਨ ਹੈਗੀ ਬੜੂ ਸਾਹਿਬ ਬਾਰੇ, ਉਹਨੂੰ ਦੱਸੋ ਵੀ ਕੀ ਕੁਛ ਹੋ ਰਿਹਾ। ਬਹੁਤ ਸਾਰੇ ਲੋਕ ਨੇ ਸਾਡੇ ਯਾਰ ਦੋਸਤ ਜਿਨ੍ਹਾਂ ਨੂੰ ਨਹੀਂ ਪਤਾ, ਉਹਨਾਂ ਨੂੰ ਦੱਸੋ। ਪਰ ਮੇਰੀ ਇੱਕ ਬੇਨਤੀ ਹੋਰ ਆ, ਕਈ ਵਾਰੀ ਸੋਸ਼ਲ ਮੀਡੀਆ ਦੇ ਉੱਤੇ ਅਸੀਂ ਖਬਰਾਂ ਸੁਣਦੇ ਹਾਂ, ਕੋਈ ਵੀ ਕੋਈ ਗਲਤ ਗੱਲ ਖਬਰ ਅਸੀਂ ਬਹੁਤ ਛੇਤੀ ਫੈਲਾਉਂਦੇ ਹਾਂ। ਵੀ ਜੇ ਅਸੀਂ ਤੁਹਾਨੂੰ ਕਹਿੰਦੇ ਹਾਂ ਕੋਈ ਚੰਗੀ ਖਬਰ, ਅਸੀਂ ਉਹ ਨਹੀਂ ਫੈਲਾਉਣੀ ਚਾਹੁੰਦੇ। ਪਰ ਮੇਰੀ ਇਹੀ ਬੇਨਤੀ ਹੈ ਕਿ ਜੋ ਕੋਈ ਗਲਤ ਖਬਰ ਪਹੁੰਚਾਉਣੀ ਚਾਹੁੰਦਾ ਹੈ, ਪਲੀਜ਼ ਉਹਨੂੰ ਵੈਰੀਫਾਈ ਕਰੋ, ਪਹਿਲਾਂ ਉਹਨੂੰ ਚੰਗੀ ਤਰ੍ਹਾਂ ਜਾਂਚ ਪੜਤਾਲ ਕਰੋ, ਫਿਰ ਉਹਦੇ ਬਾਰੇ ਸਲਿਊਸ਼ਨ ਲੱਭੋ। ਇਹਦੇ ਨਾਲ ਇੱਕ ਸਿੱਖ ਜਗਤ ਦਾ ਕੰਮ ਹੈ, ਇਹ ਇਕੱਲਾ ਬੜੂ ਸਾਹਿਬ ਨਹੀਂ ਹੈ, ਉੱਥੇ ਸਾਰੇ ਸਿੱਖ ਕੌਮ ਦਾ ਇਹਦੇ ਉੱਤੇ ਅਸਰ ਪੈਂਦਾ।
ਪਲੀਜ਼ ਮੇਰੀ ਤਾਂ ਬੇਨਤੀ ਇਹੀ ਆ ਕਿ ਵੱਧ ਤੋਂ ਵੱਧ ਦਾਨ ਕਰੋ ਜਿੰਨਾ ਤੁਸੀਂ ਕਰ ਸਕਦੇ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਟੀ ਫੈਮਲੀ, ਤੁਹਾਡਾ ਸਾਰਿਆਂ ਦਾ ਬਹੁਤ 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 ਧੰਨਵਾਦ। ਤੁਸੀਂ ਸਾਨੂੰ ਇੱਥੇ ਹੋਸਟ ਕੀਤਾ, ਸਾਡੇ ਨਾਲ ਦੋ ਪਲ ਸ਼ੇਅਰ ਕੀਤੇ ਅਤੇ ਇੰਨੀ ਵਧੀਆ ਸਟੋਰੀ ਸਾਨੂੰ ਦੱਸੀਆਂ। ਸਾਡਾ ਐਕਸਪੀਰੀਅੰਸ ਬੜੂ ਸਾਹਿਬ ਬਾਰੇ ਥੋੜ੍ਹਾ ਜਿਹਾ ਹੋਰ ਤੁਸੀਂ ਗਹਿਰਾ ਕੀਤਾ ਆਪਣੇ ਐਕਸਪੀਰੀਅੰਸ ਸ਼ੇਅਰ ਕਰਨ ਦੇ ਨਾਲ। ਮੈਂ ਸਾਰੀ ਆਡੀਅੰਸ ਨੂੰ ਇੱਕ ਵਾਰੀ ਫਿਰ ਰਿਮਾਈਂਡ ਕਰਾਉਣਾ ਚਾਹਾਂਗੀ ਕਿ ਬੜੂ ਸਾਹਿਬ ਅਕਾਲ ਅਕੈਡਮੀ ਨਾ ਕਿ ਸਿਰਫ ਪੰਜਾਬ ਬਟ ਸਿੱਖੀ ਦਾ ਕੰਮ ਕਰ ਰਿਹਾ। ਉੱਥੇ ਜੋ ਬੱਚੇ ਪੜ੍ਹ ਰਹੇ ਹੈ ਉਹ ਅੱਗੇ ਜਾ ਕੇ ਹੋਰ ਨਾ ਕਿ ਸਿਰਫ ਆਪਣੀ ਫੈਮਿਲੀਜ਼ ਨੂੰ ਬਟ ਪੂਰੀ ਸੁਸਾਇਟੀ ਨੂੰ ਬਿਹਤਰ ਕਰ ਸਕਦੇ ਹੈ, ਕਰਨਗੇ। ਅਤੇ ਇਹੀ ਸਾਡੀ ਇੱਛਾ ਹੈ ਕਿ ਅਗਰ ਤੁਸੀਂ ਵੀ ਇਨਵੋਲਵ ਹੋਣਾ ਚਾਹੁੰਦੇ ਹੋ ਤਾਂ ਤੁਸੀਂ ਵੀ ਡੋਨੇਟ ਕਰ ਸਕਦੇ ਹੋ ਜਾਂ ਆਪਣਾ ਟਾਈਮ ਦੇ ਸਕਦੇ ਹੋ। ਕੁਛ ਵੀ ਹੋਏ, ਛੋਟਾ ਵੱਡਾ, ਜਿੱਦਾਂ ਇਹਨਾਂ ਨੇ ਕਿਹਾ, ਦੇਣ ਤਾਂ ਦੇਣ ਹੁੰਦੀ ਹੈ ਅਤੇ ਦਸਵੰਤਾ ਸਾਰਿਆਂ ਦਾ ਨਿਕਲਣਾ ਹੀ ਚਾਹੀਦਾ। ਸੋ ਇਹਦੇ ਨਾਲ ਆਪਾਂ ਇਸ ਐਪੀਸੋਡ ਨੂੰ ਇੱਥੇ ਹੀ ਸਮਾਪਤ ਕਰਾਂਗੇ। ਥੈਂਕ ਯੂ ਤੁਹਾਡਾ ਕਿ ਤੁਸੀਂ ਸਾਨੂੰ ਤੁਹਾਡਾ ਟਾਈਮ ਦਿੱਤਾ। ਅਤੇ ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।